ਇਹ ਪ੍ਰੋਗਰਾਮ ਪ੍ਰਾਈਮੇਸ਼ੀਆ ਟੀਵੀ ਦੀ ਪ੍ਰਾਪਰਟੀ ਹੈ ਇਸ ਦੇ ਕੰਟੈਂਟ ਨੂੰ ਆਡੀਓ ਜਾਂ ਫਿਰ ਵੀਡੀਓ ਰੂਪ ਵਿੱਚ ਚੋਰੀ ਕਰਕੇ YouTube, Facebook ਜਾਂ ਹੋਰ ਕਿਸੇ ਮਾਧਿਅਮ ਰਾਹੀਂ ਵਰਤਨਾ ਕਾਪੀਰਾਈਟ ਕਾਨੂੰਨ ਦੀ ਉਲੰਘਣਾ ਹੈ ਅਜਿਹਾ ਕਰਨ ਤੇ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ ਪ੍ਰਾਈਮ ਏਸ਼ੀਆ ਟੀਵੀ ਦੇਖਣ ਵਾਲੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ ਦੋਸਤੋ ਮੈਂ ਹਾਂ ਸਵਰਨ ਸਿੰਘ ਟੈਣਾ ਤੇ ਹਰ ਰੋਜ਼ ਦੀ ਤਰ੍ਹਾਂ ਹੀ ਪ੍ਰੋਗਰਾਮ ਖਬਰ ਦੀ ਖਬਰ ਲੈ ਕੇ ਹਾਜ਼ਰ ਹਾਂ ਦਿਨ ਚੜ੍ਹਦੇ ਦੇ ਨਾਲ ਅੱਜ ਇੱਕ ਦੁਖਦਾਈ ਖਬਰ ਕੰਨੀ ਪਈ ਤਾਂ ਸੱਚੀ ਮੁੱਚੀ ਅੰਦਰਾ ਚ ਜੋੜਿਆ ਗਿਆ ਕਾਰਨ ਇਹ ਹੈ ਕਿ ਪਿਛਲੇ ਕਈ ਦਿਨਾਂ ਤੋਂ ਅਸੀਂ ਲੰਮੀ ਉਮਰ ਦੀ ਕਾਮਨਾ ਕਰ ਰਹੇ ਸੀ ਅਜਮੇਰ ਔਲਖ ਸਾਹਿਬ ਦੀ ਪਰ ਉਹਨਾਂ ਨੇ ਜ਼ਿੰਦਗੀ ਨੂੰ ਅਲਵਿਦਾ ਕਹਿ ਦਿੱਤਾ ਉਹਨਾਂ ਦੀ ਮੌਤ ਹੋ ਗਈ ਹੈ ਸਵੇਰੇ 5 ਵਜੇ ਦੇ ਕਰੀਬ ਉਹਨਾਂ ਦੀ ਮੌਤ ਹੋਈ ਹੈ ਆਪਾਂ ਜਾਣਦੇ ਹਾਂ ਕਿ ਪਿਛਲੇ ਕਈ ਦਿਨਾਂ ਤੋਂ ਉਹਨਾਂ ਦੇ ਇਲਾਜ ਦੇ ਸੰਦਰਭ ਦੇ ਵਿੱਚ ਕਈ ਕਿਸਮ ਦੀਆਂ ਖਬਰਾਂ ਆਈਆਂ ਸਨ ਅਜਮੇਰ ਔਲਖ ਸਾਹਿਬ ਨੇ ਜਿਹੜੇ ਉਹਨਾਂ ਨੇ ਜ਼ਿੰਦਗੀ ਭਰ ਨਾਟਕ ਖੇਤਰ ਲਈ ਇੰਨੀ ਕਿ ਸੇਵਾ ਕੀਤੀ ਕਿ ਮੈਨੂੰ ਨਿੱਜੀ ਤੌਰ ਦੇ ਉੱਤੇ ਕਦੇ-ਕਦੇ ਇਹ ਯਾਦ ਆਉਂਦਾ ਹੈ ਕਿ ਉਹਨਾਂ ਦੇ ਨਾਟਕ ਲੋਕ ਦਿਲਾਂ ਦੀ ਧੜਕਨ ਸਨ ਉਹਨਾਂ ਦੇ ਵੱਲੋਂ ਪੰਜਾਬ ਦੇ ਪਿੰਡੂ ਧਰਾਤਲ ਨੂੰ ਸਾਡੀ ਜ਼ਿੰਦਗੀ ਦੀਆਂ ਸਮੱਸਿਆਵਾਂ ਨੂੰ ਸਾਡੇ ਸਮਾਜਿਕ ਧਰਾਤਲ ਨੂੰ ਜਿਸ ਤਰੀਕੇ ਦੇ ਨਾਲ ਪੇਸ਼ ਕੀਤਾ ਆਪਣੇ ਨਾਟਕਾਂ ਦੇ ਜ਼ਰੀਏ ਤੇ ਜਿਸ ਤਰੀਕੇ ਨਾਲ ਸੱਚੀ ਮੁੱਚੀ ਨਾਟਕਾਂ ਦੇ ਜ਼ਰੀਏ ਉਹਨਾਂ ਨੇ ਸਮਾਜ ਦੀ ਸੇਵਾ ਹੀ ਕੀਤੀ ਹੈ ਕੁਝ ਖੱਟਣ ਦੇ ਨਾਲੋਂ ਕੁਝ ਵਟਣ ਦੇ ਨਾਲੋਂ ਉਹਨਾਂ ਨੇ ਲੋਕਾਂ ਦੇ ਵਿੱਚ ਚਾਨਣ ਦਾ ਛਿੱਟਾ ਦੇਣ ਦਾ ਕੰਮ ਕੀਤਾ ਆਪਣੇ ਨਾਟਕਾਂ ਦੇ ਜ਼ਰੀਏ ਉਹਨਾਂ ਦੀ ਮੌਤ ਤੋਂ ਬਾਅਦ ਦੁੱਖ ਹੋਣਾ ਸਭਨਾਂ ਨੂੰ ਕੁਦਰਤੀ ਹੈ ਅਜਮੇਰ ਔਲਫ ਸਾਹਿਬ ਦੇ ਬਾਬਤ ਬੜੀਆਂ ਖਬਰਾਂ ਆ ਰਹੀਆਂ ਸੀ ਪਿਛਲੇ ਕਾਫੀ ਸਮੇਂ ਤੋਂ ਪਿਛਲੇ ਸਾਲ ਵੀ ਜਦੋਂ ਉਹ ਬਿਮਾਰ ਹੋਏ ਸੀ ਤਾਂ ਅਕਾਲੀ ਦਲ ਦੀ ਸਰਕਾਰ ਨੇ ਉਹਨਾਂ ਦੇ ਮਦਦ ਦੀ ਗੱਲ ਕਹੀ ਸੀ ਕਿ ਉਹਨਾਂ ਦੇ ਇਲਾਜ ਵਾਸਤੇ ਅਸੀਂ ਮਦਦ ਕਰਦੇ ਹਾਂ ਹੁਣ ਜਦੋਂ ਉਹ ਮੁਹਾਲੀ ਦੇ ਇੱਕ ਹਸਪਤਾਲ ਦੇ ਵਿੱਚ ਜ਼ੇਰੇ ਇਲਾਜ ਸਨ ਉਹਨਾਂ ਦੀ ਰੀੜ ਦੀ ਹੱਡੀ ਦਾ ਆਪਰੇਸ਼ਨ ਕਰ ਦਿੱਤਾ ਗਿਆ ਸੀ ਕੈਂਸਰ ਦੀ ਸਮੱਸਿਆ ਤੋਂ ਉਹ ਪੀੜਤ ਸਨ ਤਾਂ ਪਿਛਲੇ ਦਿਨੀ ਇਹ ਖਬਰ ਆਈ ਸੀ ਕਿ 16 ਲੱਖ ਰੁਪਏ ਦਾ ਬਿੱਲ ਸਬੰਧਤ ਹਸਪਤਾਲ ਦੇ ਵੱਲੋਂ ਔਲਖ ਸਾਹਿਬ ਦੇ ਪਰਿਵਾਰ ਦੇ ਹੱਥ ਚ ਫੜਾ ਦਿੱਤਾ ਗਿਆ ਉਸ ਤੋਂ ਬਾਅਦ ਪੰਜਾਬ ਸਰਕਾਰ ਦੇ ਵੱਲੋਂ ਫੇਰ ਦਖਲ ਦਿੱਤਾ ਗਿਆ ਸੀ ਇਸ ਮਾਮਲੇ ਦੇ ਵਿੱਚ ਤੇ ਪਤਾ ਲੱਗਾ ਸੀ ਕਿ ਸ਼ਾਇਦ ਹਸਪਤਾਲ ਦੇ ਵੱਲੋਂ ਇਹ ਬਿੱਲ ਮਾਫ ਕਰ ਦਿੱਤਾ ਗਿਆ ਮੈਂ ਉਸ ਦਿਨ ਵੀ ਟਿੱਪਣੀ ਕੀਤੀ ਸੀ ਇਸ ਖਬਰ ਦੇ ਉੱਤੇ ਕਿ ਇਹ ਤਾਂ ਚਲੋ ਆਲਕ ਸਾਬ ਦੀ ਗੱਲ ਹੈ ਆਲਕ ਸਾਬ ਬੜੇ ਕਲਾਵਾਣ ਇਨਸਾਨ ਸਨ ਤਾਂ ਉਹਨਾਂ ਦੀਆਂ ਖਬਰਾਂ ਮੀਡੀਏ ਦੇ ਵਿੱਚ ਆ ਗਈਆਂ ਨਹੀਂ ਤਾਂ ਭਾਰਤ ਦੇ ਵਿੱਚ ਜਾਂ ਸਿੱਕਲੇ ਪੰਜਾਬ ਦੀ ਹੀ ਗੱਲ ਕਰ ਗਏ ਪਤਾ ਨਹੀਂ ਕਿੰਨੇ ਸੈਂਕੜੇ ਹਜ਼ਾਰਾਂ ਲੋਕ ਇਸੇ ਤਰੀਕੇ ਦੇ ਨਾਲ ਇਲਾਜ ਕਰਾਉਂਦਿਆਂ ਕਰਵਾਉਂਦਿਆਂ ਨਪੀੜੇ ਜਾਂਦੇ ਨੇ ਕਰਜ਼ੇ ਦੇ ਥੱਲੇ ਆ ਜਾਂਦੇ ਨੇ ਤੇ ਜਿਨ੍ਹਾਂ ਨੂੰ ਅਸੀਂ ਡਾਕਟਰ ਰੱਬ ਦਾ ਰੂਪ ਕਹਿੰਦੇ ਆ ਉਹਨਾਂ ਦੇ ਵੱਲੋਂ ਸਿਰਫ ਤੇ ਸਿਰਫ ਆਪਣੇ ਕਾਰੋਬਾਰ ਚ ਮਕਾਇਏ ਜਾਂਦੇ ਨੇ ਹੁਣ ਜਦੋਂ ਔਲਖ ਸਾਹਿਬ ਨਹੀਂ ਤਾਂ ਮੈਂ ਇੱਕ ਗੱਲ ਹੋਰ ਸੋਚਦਾ ਕਿ ਅਗਲੇ ਕਿਹੜੇ ਔਲਖ ਦਾ ਨੰਬਰ ਲੱਗੇਗਾ ਕਿਉਂਕਿ ਉੱਤਮ ਸਿੰਘ ਪੋਲਾਨਾਥ ਕੈਂਸਰ ਦੀ ਬਿਮਾਰੀ ਤੋਂ ਪੀੜਤ ਹੋਣ ਕਰਕੇ ਆਪਣਾ ਕੋਟਕਪੂਰੇ ਵਾਲਾ ਘਰ ਵੇਚ-ਵਟ ਕੇ ਆਪਣੀ ਧੀ ਦੇ ਕੋਲੇ ਆਖਰੀ ਦਿਨ ਕੱਢ ਰਿਹਾ ਇਸ ਤੋਂ ਇਲਾਵਾ ਅਮਰਨਾਥ ਤਾਨ ਸੰਨ ਜਿਨ੍ਹਾਂ ਨੇ 12 ਸਾਲ ਸਵਰਨ ਲੱਤਾ ਦੇ ਨਾਲ ਬੜੇ ਖੂਬਸੂਰਤ ਗਾਣੇ ਗਾਏ ਫਰੀਦਕੋਟ ਦੇ ਬੱਸ ਅੱਡੇ ਦੇ ਵਿੱਚ ਹੋ ਕੇ ਦੇਣ ਦਾ ਕੰਮ ਕਰ ਰਿਹਾ ਚਮਨ ਲਾਲ ਚਾਂਦੀ ਜਿਸ ਨੇ ਆਪਣੀ ਜ਼ਿੰਦਗੀ ਦੇ ਵਿੱਚ ਬਾਕਮਾਲ ਗੀਤਾਂ ਦੀ ਪੇਸ਼ਕਾਰੀ ਕੀਤੀ ਗੜ ਸ਼ੰਕਰ ਦੇ ਬੱਸ ਅੱਡੇ ਦੇ ਕੋਲ ਜੁੱਤੀਆਂ ਗੰਨਣ ਦਾ ਕੰਮ ਕਰਦਾ ਚੰਦਰ ਕਾਂਤਾ ਕਪੂਰ ਜਿਹੜੀ ਆਪਣੇ ਵੇਲੇ ਦੇ ਵਿੱਚ ਰੇਡੀਓ ਦੀ ਬੜੀ ਮਸ਼ਹੂਰ ਕਲਾਕਾਰ ਹੁੰਦੀ ਸੀ ਉਹ ਇਸ ਵਕਤ ਖਾਮੋਸ਼ੀ ਹੰਡਾਰਈ ਹੈ ਮੋਨ ਸਿੰਘ ਮਸਤਾਨਾ ਜਿਸ ਦੇ ਰਿਕਾਰਡ ਧੜਾ ਧੜ ਵਿਕਦੇ ਹੁੰਦੇ ਸਨ ਉਹ ਜ਼ਿੰਦਗੀ ਦੇ ਵਿੱਚ ਅਵਾਜ਼ਾਰ ਦਿਖਾਈ ਦੇ ਰਿਹਾ ਤੇ ਜੇ ਅਸੀਂ ਪ੍ਰੀਤਮ ਬਾਲਾ ਦੀ ਗੱਲ ਕਰਗੇ ਤਾਂ ਉਹ ਵੀ ਲਗਭਗ ਇਕਲਤਾ ਹੀ ਹੰਡਾ ਰਹੀ ਹੈ ਇਹਨਾਂ ਲੋਕਾਂ ਦੀ ਸਾਨੂੰ ਬਾਹ ਫੜਨੀ ਚਾਹੀਦੀ ਹੈ ਅਸੀਂ ਬਾਅਦ ਦੇ ਵਿੱਚ ਫੇਸਬੁੱਕ ਦੇ ਉੱਤੇ ਸੋ ਸੈਡ ਵੀ ਕਹਿੰਦੇ ਆ ਆਰ ਆਈ ਪੀ ਰਿਪ ਲਿਖ ਲਿਖ ਕੇ ਸ਼ਰਦਨਝਾਲੀਆਂ ਦੰਨੇ ਆ ਪਰ ਜੇਕਰ ਅਸੀਂ ਜਿਉਂਦੇ ਜੀ ਕੁਝ ਕਰਗੇ ਤਾਂ ਮੇਰੇ ਖਿਆਲ ਦੇ ਮੁਤਾਬਕ ਤਾਂ ਹੀ ਚੰਗੀ ਗੱਲ ਹੋਵੇਗੀ ਬਾਅਦ ਦੇ ਵਿੱਚ ਡਰਾਮੇ ਕਰਨ ਦੇ ਨਾਲੋਂ ਸਾਨੂੰ ਆਪਣਾ ਨਿੱਜੀ ਫਰਜ਼ ਹੋਣੇ ਸਮਝਣਾ ਚਾਹੀਦਾ ਤੇ ਹੁਣ ਗੱਲ ਕਰਦੇ ਆਂ ਦੋਸਤੋ ਪਹਿਲੀ ਖਬਰ ਦੀ ਕਾਣੇ ਨੂੰ ਕਾਣਾ ਕਿਹਾ ਜਾਵੇ ਲੰਗੜੇ ਨੂੰ ਲੰਗੜਾ ਕਿਹਾ ਜਾਵੇ ਪਾਗਲ ਨੂੰ ਪਾਗਲ ਕਿਹਾ ਜਾਵੇ ਤਾਂ ਉਹਨੂੰ ਇਹ ਗੱਲ ਚੰਗੀ ਨਹੀਂ ਲੱਗਦੀ ਜਦੋਂ ਉਹਨਾਂ ਨੂੰ ਇਹ ਗੱਲ ਚੰਗੀ ਨਹੀਂ ਲੱਗਦੀ ਤਾਂ ਫਿਰ ਰਾਹੁਲ ਗਾਂਧੀ ਨੂੰ ਜੇਕਰ ਕਾਂਗਰਸੀ ਹੀ ਪੱਪੂ ਆਖਣ ਤਾਂ ਕਾਂਗਰਸ ਨੂੰ ਕਿਵੇਂ ਇਹ ਗੱਲ ਚੰਗੀ ਲੱਗੇਗੀ ਪਤਾ ਇਹ ਲੱਗਾ ਵੀ ਕਾਂਗਰਸ ਦੇ ਇੱਕ ਸੀਨੀਅਰ ਨੇਤਾ ਦੇ ਵੱਲੋਂ ਰਾਹੁਲ ਗਾਂਧੀ ਨੂੰ ਵਟਸਐਪ ਮੈਸੇਜ ਦੇ ਉੱਤੇ ਪੱਪੂ ਕਹਿ ਦਿੱਤਾ ਗਿਆ ਜਿਹਦੇ ਕਰਕੇ ਉਹਦੀ ਪਾਰਟੀ ਦੇ ਵਿੱਚੋਂ ਛੁੱਟੀ ਕਰ ਦਿੱਤੀ ਗਈ ਹੈ ਮੈਂ ਹੈਰਾਨ ਇਸ ਗੱਲ ਦੇ ਉੱਤੇ ਕਿ ਕਾਂਗਰਸੀ ਹੀ ਕਾਂਗਰਸ ਦੇ ਇਸ ਸੀਨੀਅਰ ਆਗੂ ਨੂੰ ਪੱਪੂ ਕਿਹੜੀ ਗੱਲੋਂ ਕਹਿਣ ਲੱਗ ਪਏ ਇਹ ਅਣਜਾਣਪੁਣੇ ਦੇ ਵਿੱਚ ਹੋਇਆ ਇਹ ਜ਼ਿਆਦਾ ਸਮਾਰਟ ਬਣਨ ਦੇ ਚੱਕਰ ਦੇ ਵਿੱਚ ਹੋਇਆ ਜਾਂ ਫਿਰ ਸ਼ਬਦਾਂ ਦੀ ਅਹਿਮੀਅਤ ਨਹੀਂ ਸਮਝੀ ਗਈ ਜਿਨੇ ਕਾਂਗਰਸ ਦੇ ਮੀਤ ਪ੍ਰਧਾਨ ਨੂੰ ਪੱਪੂ ਕਹਿਣ ਦੀ ਗੁਸਤਾਖੀ ਕਰ ਦਿੱਤੀ ਹੈ ਤੇ ਰਿਪੋਰਟ ਇਸ ਖਬਰ ਦੇ ਬਾਬਤ ਜਿਹੜੀ ਆਈ ਹੈ ਉਦਾਰਵਾ ਇਸ ਤਰੀਕੇ ਨਾਲ ਕਿ ਕਾਂਗਰਸ ਦੇ ਮੀਤ ਪ੍ਰਧਾਨ ਰਾਹੁਲ ਗਾਂਧੀ ਨੂੰ ਹੁਣ ਤੱਕ ਭਾਜਪਾ ਸਮੇਤ ਕਈ ਵਿਰੋਧੀ ਨੇਤਾ ਵਿਅੰਗ ਕਰਦੇ ਹੋਏ ਪੱਪੂ ਸੱਦਦੇ ਸਨ ਪਰ ਹੁਣ ਕਾਂਗਰਸ ਦੇ ਹੀ ਇੱਕ ਸੀਨੀਅਰ ਨੇਤਾ ਨੇ WhatsApp ਦੇ ਗਰੁੱਪ ਦੇ ਵਿੱਚ ਪਾਰਟੀ ਦੇ ਮੀਤ ਪ੍ਰਧਾਨ ਨੂੰ ਪੱਪੂ ਕਹਿ ਦਿੱਤਾ ਹੈ ਮੇਠ ਕਾਂਗਰਸ ਦੇ ਜ਼ਿਲ੍ਹਾ ਪ੍ਰਧਾਨ ਵਿਨੈ ਪ੍ਰਧਾਨ ਨੇ ਪਾਰਟੀ ਮੀਤ ਪ੍ਰਧਾਨ ਨੂੰ ਰਾਹੁਲ ਗਾਂਧੀ ਦੀ ਸ਼ਲਾਘਾ ਕਰਦੇ ਹੋਏ WhatsApp ਦੇ ਉੱਤੇ ਮੈਸੇਜ ਪਾਇਆ ਤੇ ਉਹਨਾਂ ਦਾ ਸਾਥ ਦੇਣ ਦੀ ਅਪੀਲ ਕੀਤੀ ਹੈ ਹਾਲਾਂਕਿ ਉਹਨਾਂ ਨੇ ਇਸ ਮੈਸੇਜ ਵਿੱਚ ਰਾਹੁਲ ਗਾਂਧੀ ਨੂੰ ਕਈ ਵਾਰ ਪੱਪੂ ਕਹਿ ਕੇ ਸੰਬੋਧਨ ਕੀਤਾ ਇਹ ਗੱਲ ਜਦੋਂ ਪਰਦੇਸ਼ ਕਾਂਗਰਸ ਪ੍ਰਧਾਨ ਰਾਜ ਬੱਬਰ ਨੂੰ ਪਤਾ ਲੱਗੀ ਤਾਂ ਉਹਨਾਂ ਨੇ ਤੁਰੰਤ ਕਾਰਵਾਈ ਕਰਦੇ ਹੋਏ ਵਿਦੇਂ ਪ੍ਰਧਾਨ ਨੂੰ ਸਾਰੇ ਅਹੁਦਰ ਤੋਂ ਹਟਾਉਂਦੇ ਹੋਏ ਪਾਰਟੀ ਦੇ ਵਿੱਚੋਂ ਸਸਪੈਂਡ ਕਰ ਦਿੱਤਾ ਇਸ ਖਬਰ ਦੇ ਉੱਤੇ ਟਿੱਪਣੀ ਕਰਦੇ ਆਂ ਦੋਸਤੋ ਮੈਨੂੰ ਇੱਕ ਪੁਰਾਣੀ ਗੱਲ ਚੇਤੇ ਆ ਜਾਂਦੀ ਹੈ ਜਿਹੜੀ ਕਿ ਬਜ਼ੁਰਗ ਸੁਣਾਉਂਦੇ ਹੁੰਦੇ ਸਨ ਉਹ ਕਹਿੰਦੇ ਹੁੰਦੇ ਸਨ ਕਿ ਸਾਲੀਆਂ ਨੇ ਜਿਹੜੀਆਂ ਉਹ ਜੀਜੇ ਨੂੰ ਕੁਝ ਵੀ ਕਹਿ ਸਕਦੀਆਂ ਨੇ ਤੇ ਜੇਕਰ ਮਰਾਸੀ ਦੇ ਥਰੂ ਅਖਬਾਰੀ ਹੋਵੇ ਗੱਲ ਮਰਾਸੀ ਦੇ ਕੋਲੇ ਬਹੁਤ ਸਾਰੇ ਤਰੀਕੇ ਹੁੰਦੇ ਨੇ ਕਿਉਂਕਿ ਮੀਰ ਆਲਮਾ ਦਾ ਕੰਮਕਾਜ ਹੁੰਦਾ ਜਿਹੜਾ ਆਪਾਂ ਜਾਣਦੇ ਹਾਂ ਉਹ ਗੱਲ ਨੂੰ ਘੁਮਾ ਫਿਰਾ ਕੇ ਕਰਨ ਦੇ ਵਿੱਚ ਬੜੇ ਮਾਹਰ ਹੁੰਦੇ ਨੇ ਇੱਕ ਵਾਰ ਸਾਲੀਆਂ ਨੇ ਇਹ ਗੱਲ ਕਹੀ ਕਿ ਤੁਸੀਂ ਸਾਡੇ ਜੀਜੇ ਮਹਾਰਾਜ ਨੂੰ ਆਹ ਗੱਲ ਕਹਿ ਕੇ ਦਿਖਾਓ ਅਸੀਂ ਤਾਂ ਮੰਨੀਏ ਤੇ ਅੱਗੋਂ ਮਰਾਸੀ ਨੇ ਕਿਹਾ ਵੀ ਕਿਹੜੀ ਗੱਲ ਕਹਿਣੀ ਆ ਸਾਲੀਆਂ ਕਹਿਨੀਆਂ ਤੁਸੀਂ ਜੀਜੇ ਨੂੰ ਸਾਡੇ ਨੂੰ ਮੂੰਹ ਤੇ ਜਾ ਕੇ ਇਹ ਗੱਲ ਕਹਿ ਦਿਓ ਕਿ ਤੂੰ ਪਾਗਲ ਆ ਤੂੰ ਝੱਲਾ ਤੂੰ ਮੂਰਖਾ ਤੂੰ ਝੁੱਡੂ ਆ ਮਰਾਸੀ ਨੇ ਸਿਰ ਜਾ ਖੁਰਕਿਆ ਕਹਿੰਨਾ ਮੈਂ ਕਹਿ ਦੂੰਗਾ ਪਰ ਮੈਨੂੰ ਮਿਲੂਗਾ ਕਿ ਉਹ ਕਹਿੰਦੀਆਂ ਵੀ ਤੈਨੂੰ ਦੋ ਥਾਲ ਅਸੀਂ ਮੋਹਰੇ ਦੇਵਾਂਗੇ ਤੇ ਉਸ ਹੀ ਰਾਜਾ ਜੀ ਨੂੰ ਇਹ ਸਾਰੀਆਂ ਗੱਲਾਂ ਜਾ ਕੇ ਮਰਾਸੀ ਨੇ ਕਹਿਣੀਆਂ ਸੀ ਮਰਾਸੀ ਗਿਆ ਰਾਜੇ ਦੇ ਕੋਲ ਕਹਿੰਦੇ ਮਹਾਰਾਜ ਜੀ ਤੁਸੀਂ ਤਾਂ ਸੱਚੀ ਪਾਗਲ ਹੋ ਰਾਜੇ ਨੇ ਆਖਿਆ ਵੀ ਆ ਕਿ ਬਤਮੀਜ਼ੀ ਆ ਕਹਿੰਦਾ ਮੈਂ ਨਹੀਂ ਆਖਿਆ ਤੁਹਾਡੀਆਂ ਸਾਲੀਆਂ ਕਹਿਣੀਆਂ ਸੀ ਉਹ ਕਹਿੰਦੀਆਂ ਵੀ ਜੀਜਾ ਜੀ ਝੱਲੇ ਆ ਜੀਜਾ ਜੀ ਮੂਰਖ ਹੈ ਜੀਜਾ ਜੀ ਤਾਂ ਛੱਡੂ ਆ ਜੀਜਾ ਜੀ ਤਾਂ ਉੱਲੂ ਆ ਜੀਜਾ ਜੀ ਨੂੰ ਤਾਂ ਅਕਲ ਨਹੀਂ ਦਿਵਾਨੀ ਦੀ ਵੀ ਤੇ ਮੈਂ ਆਖਿਆ ਮਹਾਰਾਜ ਉੱਲੂ ਨਹੀਂਗੇ ਨਾ ਉਹ ਛੱਡੂ ਆ ਨਾ ਉਹ ਹੰਕਾਰੀ ਆ ਨਾ ਉਹ ਪਾਗਲ ਐ ਉਹ ਪਾਗਲ 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 ਤੁਹਾਨੂੰ ਕਹੀ ਗਈਆਂ ਤੇ ਮੈਂ ਆਖਿਆ ਵੀ ਤੁਸੀਂ ਪਾਗਲ ਨਹੀਂ ਤੁਸੀਂ ਪਾਗਲ ਨਹੀਂ ਤੁਸੀਂ ਪਾਗਲ ਨਹੀਂ ਕਹਿਣ ਦਾ ਭਾਵ ਇੱਕ ਵਾਰ ਪਾਗਲ ਕਹਿਣ ਦੀ ਗੱਲ ਉਹਨਾਂ ਨੇ ਕਹੀ ਸੀ ਤੇ ਮਰਾਸੀ ਨੇ ਆਪਣੀ ਕਲਾ ਦੇ ਨਾਲ ਮਹਾਰਾਜ ਦੇ ਮੂੰਹ ਦੇ ਉੱਤੇ 3600 ਵਾਰ ਪਾਗਲ ਝੁੱਡੂ ਤੇ ਮੂਰਖ ਕਹਿ ਦਿੱਤਾ ਸੀ ਸੋ ਇਹੋ ਜੀ ਗੱਲ ਹੀ ਇਸ ਕਾਂਗਰਸੀ ਆਗੂ ਦੇ ਵੱਲੋਂ ਕਹੀ ਗਈ ਹੈ ਜਿਹਨੂੰ ਹੁਣ ਪਾਰਟੀ ਦੇ ਵਿੱਚੋਂ ਕੱਢ ਦਿੱਤਾ ਗਿਆ ਇਹਨੇ ਰਾਹੁਲ ਗਾਂਧੀ ਦੇ ਬਾਰੇ ਜਿਹੜਾ ਮੈਸੇਜ ਟਾਈਪ ਕੀਤਾ ਸੀਗਾ WhatsApp ਦੇ ਉੱਤੇ ਉਹਦੇ 'ਚ ਲਿਖਿਆ ਸੀ ਕਿ ਅੱਧਾ ਦੇਸ਼ ਰਾਹੁਲ ਗਾਂਧੀ ਨੂੰ ਪੱਪੂ ਆਖਦਾ ਪਰ ਪੱਪੂ ਨੇ ਕਦੇ ਗੁੱਸਾ ਨਹੀਂ ਕੀਤਾ ਅੱਧਾ ਦੇਸ਼ ਕਹਿੰਦਾ ਵੀ ਪੱਪੂ ਆ ਜਿਹੜਾ ਉਹ ਕਾਂਗਰਸ ਦੇ ਸਿਰ ਦੇ ਉੱਤੇ ਐਵੇਂ ਬੋਝ ਬਣਿਆ ਬੈਠਾ ਪਰ ਸਾਡੇ ਪੱਪੂ ਨੇ ਕਦੇ ਉਹ ਜੀ ਗੱਲ ਨਹੀਂ ਕੀਤੀ ਜੇ ਸਾਡਾ ਪੱਪੂ ਚਾਵੇ ਤਾਂ ਹੁਣ ਤੱਕ ਪ੍ਰਧਾਨ ਮੰਤਰੀ ਵੀ ਬਣ ਸਕਦਾ ਸੀ ਪਰ ਸਾਡੇ ਪੱਪੂ ਨੇ ਕਦੇ ਉਹ ਜੀ ਗੱਲ ਹੀ ਨਹੀਂ ਕੀਤੀ ਜੇ ਸਾਡਾ ਪੱਪੂ ਚਾਹੁੰਦਾ ਤਾ ਅੰਬਾਨੀ ਤੇ ਅਡਾਨੀ ਦੇ ਨਾਲ ਮੁਲਾਕਾਤਾਂ ਕਰ ਸਕਦਾ ਸੀ ਪਰ ਸਾਡੇ ਪੱਪੂ ਨੇ ਕਦੇ ਆ ਗੱਲ ਨਹੀਂ ਕੀਤੀ ਯਾਨੀ ਕਿ ਇਹ ਕਾਂਗਰਸੀ ਆਗੂ ਵੈਸੇ ਤਾਂ ਰਾਹੁਲ ਗਾਂਧੀ ਦੀ ਇੱਜ਼ਤ ਕਰਮੀ ਚਾਹੁੰਦਾ ਸੀ ਪਰ ਪੱਪੂ 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 ਕਹਿ ਕਹਿ ਕੇ ਇਹਨੇ ਆਪਣੀ ਮਿੱਟੀ ਪਟਾ ਲਈ ਸੋ ਮੈਂ ਕਦੇ-ਕਦੇ ਪਹਿਲਾਂ ਵੀ ਇਹ ਗੱਲ ਕਹਿਣਾ ਹੁੰਦਾ ਕਿ ਬੰਦੇ ਨੂੰ ਤੋਲ ਕੇ ਬੋਲਣਾ ਚਾਹੀਦਾ ਸ਼ਬਦਾਂ ਦੀ ਅਹਿਮੀਅਤ ਸਮਝਣੀ ਚਾਹੀਦੀ ਹੈ ਤੇ ਜੇਕਰ ਛੁੱਟੀ ਕਰਾਉਣ ਵਾਲੇ ਕਾਂਗਰਸੀ ਆਗੂ ਨੇ ਸ਼ਬਦਾਂ ਦੀ ਅਹਿਮੀਅਤ ਨੂੰ ਸਮਝਿਆ ਹੁੰਦਾ ਉਹਨੂੰ ਪਤਾ ਹੁੰਦਾ ਕਿ ਕਿਹੜੇ ਮੌਕੇ ਤੇ ਕਿਹੜੀ ਗੱਲ ਲਿਖਣੀ ਤੇ ਬੋਲਣੀ ਚਾਹੀਦੀ ਹੈ ਤਾ ਉਹਦਾ ਅੱਜ ਵਾਲਾ ਹਾਲ ਨਾ ਹੁੰਦਾ ਖਬਰਾਂ ਦੇ ਉੱਤੇ ਵਿਚਾਰ ਚਰਚਾ ਅਸੀਂ ਇਸੇ ਤਰੀਕੇ ਨਾਲ ਜਾਰੀ ਰੱਖਾਂਗੇ ਪਰ ਪਹਿਲਾਂ ਲੈਣੇ ਇੱਕ ਛੋਟੇ ਬ੍ਰੇਕ ਤੁਹਾਡੀ ਤੇ ਸਾਡੀ ਯਾਨੀ ਕਿ ਸਾਡੀ ਸਾਰਿਆਂ ਦੀ ਜ਼ਿੰਦਗੀ ਨਾਲ ਸੰਬੰਧਿਤ ਮਸਲੇ ਕੁਝ ਦੇਸ਼ ਤੇ ਕੁਝ ਪ੍ਰਦੇਸ਼ ਤੇ ਕੁਝ ਵਿਦੇਸ਼ ਤੇ ਕੁਝ ਇਤਿਹਾਸ ਤੇ ਕੁਝ ਮਿਥਿਹਾਸ ਤੇ ਕੁਝ ਸਮਾਜ ਦੇ ਕੁਝ ਰਾਜਨੀਤੀ ਦੇ ਕੁਝ ਚੰਗੇ ਵੀ ਕਦੇ-ਕਦੇ ਮਾੜੇ ਵੀ ਅਸੀਂ ਸਾਰੇ ਮਸਲੇ ਵਿਚਾਰਦੇ ਆ ਤੁਸੀਂ ਦੇਖ ਸਕਦੇ ਹੋ ਸੋਮਵਾਰ ਤੋਂ ਸ਼ਨੀਵਾਰ ਤੱਕ ਪ੍ਰੋਗਰਾਮ ਪ੍ਰਾਈਮ ਡਿਸਕਸ਼ਨ ਐਟ ਪ੍ਰਾਈਮ ਏਸ਼ੀਆ ਟੀਵੀ ਇੱਕ ਵਾਰ ਫਿਰ ਤੁਹਾਡਾ ਸਵਾਗਤ ਕਰਦੇ ਹਾਂ ਦੋਸਤੋ ਕੁਝ ਹੋਰ ਖਬਰਾਂ ਦੇ ਉੱਤੇ ਟਿੱਪਣੀਆਂ ਕਰਦੇ ਹਾਂ ਆਪਾਂ ਸਾਰੇ ਜਾਣਦੇ ਹਾਂ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨਾਂ ਦੇ ਉੱਤੇ ਸਮੇਂ-ਸਮੇਂ ਦੇ ਉੱਤੇ ਕਈ ਕਿਸਮ ਦੇ ਇਲਜ਼ਾਮ ਲੱਗੇ ਨੇ ਕਈ ਕਿਸਮ ਦੇ ਦੋਸ਼ ਲੱਗੇ ਨੇ ਪਰ ਪਿਛਲੇ ਕਈ ਦਿਨਾਂ ਤੋਂ ਪ੍ਰੋਫੈਸਰ ਕਿਰਪਾਲ ਸਿੰਘ ਵਡੂਂਗਰ ਹੋਰਾਂ ਦੇ ਉੱਤੇ ਵੀ ਇੱਕ ਦੋਸ਼ ਲੱਗ ਰਿਹਾ ਹੈ ਕਿਉਂਕਿ ਅਕਾਲੀ ਦਲ ਦੇ ਵੱਲੋਂ ਪਿਛਲੇ ਦਿਨੀ ਕਾਂਗਰਸ ਸਰਕਾਰ ਦੀਆਂ ਨਲਕੀਆਂ ਦੇ ਉੱਤੇ ਕਾਂਗਰਸ ਸਰਕਾਰ ਦੇ ਵੱਲੋਂ ਜੋ ਵਾਅਦੇ ਨਹੀਂ ਪੂਰੇ ਕੀਤੇ ਜਾ ਰਹੇ ਚੋਣ ਮੈਨੀਫੈਸਟੋ ਦੇ ਮੁਤਾਬਕ ਆਪਣਾ ਕੰਮ ਨਹੀਂ ਸ਼ੁਰੂ ਕੀਤਾ ਗਿਆ ਇਸ ਕਰਕੇ ਅਕਾਲੀ ਦਲ ਦੇ ਵੱਲੋਂ ਭਾਜਪਾ ਨਾਲ ਮਿਲ ਕੇ ਇੱਕ ਡਰਾਮਾ ਰਚਿਆ ਗਿਆ ਸੀ ਕਿ ਅਸੀਂ ਵੱਖ-ਵੱਖ ਥਾਵਾਂ ਦੇ ਉੱਤੇ ਧਰਨੇ ਦੇਣੇ ਆ ਪ੍ਰੋਫੈਸਰ ਕਿਰਪਾਲ ਸਿੰਘ ਵਡੂਂਗਰ ਵੀ ਇਨ੍ਹਾਂ ਧਰਨਿਆਂ ਦੇ ਵਿੱਚ ਸ਼ਾਮਲ ਹੋਏ ਯਾਨੀ ਕਿ ਸ਼੍ਰੋਮਣੀ ਕਮੇਟੀ ਨੇ ਵੀ ਅਕਾਲੀ ਦਲ ਦਾ ਸਾਥ ਦਿੱਤਾ ਬਡੂਂਗਰ ਸਾਹਿਬ ਗਏ ਸੀ ਪਟਿਆਲੇ ਵਾਲੇ ਧਰਨੇ ਦੇ ਵਿੱਚ ਸਾਬਕਾ ਪ੍ਰਧਾਨ ਨੇ ਜਿਹੜੇ ਸ਼੍ਰੋਮਣੀ ਕਮੇਟੀ ਦੇ ਅਵਤਾਰ ਸਿੰਘ ਮੱਕੜ ਉਹਨਾਂ ਨੇ ਧਰਨੇ ਦੇ ਵਿੱਚ ਸ਼ਮੂਲੀਅਤ ਕੀਤੀ ਲੁਧਿਆਣੇ 'ਚ ਜਿੱਥੇ ਸੁਖਬੀਰ ਸਿੰਘ ਬਾਦਲ ਸਨ ਤੇ ਸ਼੍ਰੋਮਣੀ ਕਮੇਟੀ ਨੇ ਅੱਗੋਂ ਇਹ ਗੱਲ ਕਹੀ ਸੀ ਕਿ ਅਸੀਂ ਇਸ ਕਰਕੇ ਧਰਨਿਆਂ ਦੇ ਵਿੱਚ ਹਿੱਸਾ ਲੈ ਰਹੇ ਹਾਂ ਅਕਾਲੀ ਦਲ ਦੇ ਨਾਲ ਕਿਉਂਕਿ ਕਾਂਗਰਸ ਦੀ ਸਰਕਾਰ ਆਉਣ ਤੋਂ ਬਾਅਦ ਗੁਰਦੁਆਰਿਆਂ ਦੀਆਂ ਜ਼ਮੀਨਾਂ ਦੇ ਉੱਤੇ ਕਬਜ਼ੇ ਹੋਣੇ ਸ਼ੁਰੂ ਹੋ ਗਏ ਭਾਈ ਰੂਪਾ ਦੀ ਜ਼ਮੀਨ ਦਾ ਜਿਹੜਾ ਮਾਮਲਾ ਉੱਛਲ ਕੇ ਸਾਹਮਣੇ ਆਇਆ ਤੇ ਸਮੇ ਸਮੇ ਦੇ ਉਤੇ ਕਾਂਗਰਸ ਦੇ ਵੱਲੋਂ ਕੁਝ ਕਿ ਇਹੋ ਜਿਹੀਆਂ ਗੱਲਾਂ ਕੀਤੀਆਂ ਜਾ ਰਹੀਆਂ ਜਿਨ੍ਹਾਂ ਦੇ ਨਾਲ ਸਿੱਖਾਂ ਦੀਆਂ ਭਾਵਨਾਵਾਂ ਦੇ ਉਤੇ ਵਿਦਾਣੀ ਸੱਟਾਂ ਵੱਜ ਰਹੀਆਂ ਨੇ ਇਸ ਮਾਮਲੇ ਦੇ ਉਤੇ ਗਿਆਨੀ ਗੁਰਬਚਨ ਸਿੰਘ ਜਿਹੜੇ ਕਿ ਅਕਾਲ ਤਖਤ ਸਾਹਿਬ ਦੇ ਜਥੇਦਾਰ ਨੇ ਉਹਨਾਂ ਨੇ ਕਿਹਾ ਸੀ ਕਿ ਮੇਰੀ ਨਿੱਜੀ ਰਾਏ ਆ ਕਿ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਨੂੰ ਇਹੋ ਜੇ ਸਿਆਸੀ ਮਾਮਲਿਆਂ ਦੇ ਵਿੱਚ ਦਖਲ ਨਹੀਂ ਦੇਣਾ ਚਾਹੀਦਾ ਉਸ ਤੋਂ ਬਾਅਦ ਤਖਤਸ਼ਰੀ ਦਮਦਮਾ ਸਾਹਿਬ ਦੇ ਕਾਰਜਕਾਰੀ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਦੇ ਵੱਲੋਂ ਇਹ ਗੱਲ ਕਹੀ ਗਈ ਸੀ ਕਿ ਬਡੂਂਗਰ ਸਾਹਿਬ ਦਾ ਧਰਨੇ ਦੇ ਵਿੱਚ ਹਾਜ਼ਰ ਹੋਣਾ ਕੋਈ ਗਲਤ ਗੱਲ ਨਹੀਂ ਸੀ ਇਹ ਉਹਨਾਂ ਨੂੰ ਹੱਕ ਹੈ ਪਰ ਹੁਣ ਇਸ ਮਾਮਲੇ ਦੇ ਉੱਤੇ ਚੁੱਪ ਤੋੜੀ ਆ ਪ੍ਰੋਫੈਸਰ ਕਿਰਪਾਲ ਸਿੰਘ ਬਡੂਂਗਰ ਹੋਰਾਂ ਨੇ ਉਹਨਾਂ ਨੇ ਕਈ ਹੋਰਾਂ ਦਾ ਵੀ ਮੋਢਾ ਵਰਤਿਆ ਇਸ ਮਾਮਲੇ ਦੇ ਵਿੱਚ ਉਹਨਾਂ ਨੇ ਕਿਹਾ ਵੀ ਜਦੋਂ ਜਥੇਦਾਰ ਗੁਰਚਰਨ ਸਿੰਘ ਟੋੜਾ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਹੁੰਦੇ ਸੀ ਤਾਂ ਉਹ ਪ੍ਰਧਾਨ ਇੱਧਰ ਵੀ ਸੀਗੇ ਤੇ ਨਾਲ ਹੀ ਉਹ ਰਾਜ ਸਭਾ ਦੇ ਮੈਂਬਰ ਵੀ ਸੀ ਉਹਨਾਂ ਨੇ ਇੱਕ ਦੋ ਉਦਾਹਰਨਾਂ ਹੋਰ ਵੀ ਦਿੱਤੀਆਂ ਤੇ ਇਹ ਗੱਲ ਕਹੀ ਹੈ ਕਿ ਜੇਕਰ ਉਹ ਰਾਜ ਸਭਾ ਦੇ ਮੈਂਬਰ ਹੁੰਦਿਆਂ ਹੁੰਦਿਆਂ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਬਣ ਸਕਦੇ ਆ ਜਾਂ ਰਹਿ ਸਕਦੇ ਆ ਤਾਂ ਮੈਂ ਸ਼੍ਰੋਮਣੀ ਕਮੇਟੀ ਦਾ ਪ੍ਰਧਾਨ ਹੁੰਦਾ ਅਕਾਲੀ ਦਲ ਦੇ ਨਾਲ ਨਾਲ ਕਿਉਂ ਨਹੀਂ ਤੁਰ ਸਕਦਾ ਮੈਂ ਧਰਨਿਆਂ ਦੇ ਵਿੱਚ ਹਿੱਸਾ ਕਿਉਂ ਨਹੀਂ ਲੈ ਸਕਦਾ ਉਹਨਾਂ ਦੇ ਵੱਲੋਂ ਇਹ ਜੋ ਪਲਟਵਾਰ ਕੀਤਾ ਗਿਆ ਇਹ ਜਵਾਬ ਦਿੱਤਾ ਗਿਆ ਇਹ ਆਪਣੀ ਚਮੜੀ ਬਚਾਉਣ ਦੇ ਲਈ ਇਹ ਆਪਣੇ ਆਪ ਨੂੰ ਸਹੀ ਸਾਬਤ ਕਰਨ ਦੇ ਲਈ ਤਾਂ ਹੋ ਸਕਦਾ ਉਹਨਾਂ ਦਾ ਸਾਥ ਦੇ ਦੇਵੇ ਉਹਨਾਂ ਦਾ ਬਚਾਅ ਕਰ ਲਵੇ ਪਰ ਨਿੱਜੀ ਤੌਰ ਦੇ ਉਤੇ ਪੰਜਾਬ ਦੇ ਸਾਰੇ ਲੋਕ ਜਾਣਦੇ ਆ ਕਿ ਸ਼੍ਰੋਮਣੀ ਕਮੇਟੀ ਨੂੰ ਚਾਹੀਦਾ ਤਾਂ ਨਹੀਂ ਕਿ ਉਹ ਕਿਸੇ ਪਾਰਟੀ ਦੀ ਹੱਥ ਠੋਕੀ ਬਣ ਕੇ ਚੱਲੇ ਕਿਉਂਕਿ ਲੋਕ ਇਹ ਮੰਨਦੇ ਨੇ ਕਿ ਸ਼੍ਰੋਮਣੀ ਕਮੇਟੀ ਵੀ ਇੱਕ ਰਾਜਨੀਤਿਕ ਪਾਰਟੀ ਬਣ ਚੁੱਕੀ ਹੈ ਲੋਕ ਕਹਿੰਦੇ ਹੁੰਦੇ ਆ ਕਿ ਅਕਾਲੀ ਦਲ ਤੇ ਭਾਜਪਾ ਦਾ ਗਠਜੋੜ ਸੀ ਮੈਂ ਹਮੇਸ਼ਾ ਕਹਿਣਾ ਹੁੰਨਾ ਕਿ ਅਕਾਲੀ ਦਲ ਭਾਜਪਾ ਤੇ ਸ਼੍ਰੋਮਣੀ ਕਮੇਟੀ ਦਾ ਗਠਜੋੜ ਰਿਹਾ ਲੰਘੇ 10 ਵਰਿਆਂ ਦੇ ਵਿੱਚ ਤੇ ਜਿਹੜੀ ਰਿਪੋਰਟ ਆਈ ਹੈ ਉਹਦਾ ਵੇਰਵਾ ਇਸ ਤਰੀਕੇ ਨਾਲ ਆ ਕਿ ਅਕਾਲ ਤਖਤ ਦੇ ਜਥੇਦਾਰ ਗਿਆਨੀ ਗੁਰਬਚਨ ਸਿੰਘ ਦੇ ਵੱਲੋਂ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਪ੍ਰੋਫੈਸਰ ਕਿਰਪਾਲ ਸਿੰਘ ਵਡੂੰਗਰ ਨੂੰ ਸਿਆਸੀ ਧਰਨੀਆਂ ਤੋਂ ਦੂਰ ਰਹਿਣ ਦੀ ਦਿੱਤੀ ਗਈ ਸਲਾਹ ਦੇ ਮਾਮਲੇ ਵਿੱਚ ਵੱਖ-ਵੱਖ ਪੰਥਕ ਸ਼ਖਸੀਤਾਂ ਵੱਲੋਂ ਵਿਚਾਰ ਸਾਂਝੇ ਕੀਤੇ ਜਾ ਰਹੇ ਨੇ ਇਸੇ ਦੌਰਾਨ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਵਡੂੰਗਰ ਨੇ ਕਿਹਾ ਕਿ ਉਹਨਾਂ ਤੋਂ ਪਹਿਲਾਂ ਸ਼੍ਰੋਮਣੀ ਕਮੇਟੀ ਦੇ ਕਈ ਪ੍ਰਧਾਨ ਧਰਮ ਤੇ ਸਿਆਸਤ ਦੋਹਾਂ ਵਿੱਚ ਇੱਕੋ ਸਮੇਂ ਸ਼ਮੂਲੀਅਤ ਕਰਦੇ ਰਹੇ ਨੇ ਜਿਸ ਦੀ ਵੱਡੀ ਮਿਸਾਲ ਮਰਹੂਮ ਜਥੇਦਾਰ ਗੁਰਚਰਨ ਸਿੰਘ ਟਵਾੜਾ ਨੇ ਉਹ ਇੱਕੋ ਸਮੇਂ ਰਾਜ ਸਭਾ ਦੇ ਮੈਂਬਰ ਵੀ ਸਨ ਤੇ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਵੀ ਇਸ ਤਰ੍ਹਾਂ ਜਥੇਦਾਰ ਮੋਹਨ ਸਿੰਘ ਤੜ ਇੱਕੋ ਸਮੇਂ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸਨ ਤੇ ਅਕਾਲ ਤਖਤ ਦੇ ਜਥੇਦਾਰ ਵੀ ਰਹੇ। ਉਹਨਾਂ ਨੇ ਕਿਹਾ ਕਿ ਗੁਰੂ ਕਾਲ ਤੋਂ ਹੀ ਸਿੱਖਾਂ ਨੂੰ ਮੀਰੀ ਤੇ ਪੀਰੀ ਦਾ ਪਾਠ ਪੜਾਇਆ ਗਿਆ ਹੈ। ਅਕਾਲ ਤਖਤ ਦੇ ਸਾਬਕਾ ਜਥੇਦਾਰ ਗਿਆਨੀ ਜੋਗਿੰਦਰ ਸਿੰਘ ਵਿਦਵਾਨਤੀ ਨੇ ਕਿਹਾ ਕਿ ਮੀਰੀ ਪੀਰੀ ਦੇ ਸਿਧਾਂਤ ਮੁਤਾਬਕ ਧਰਮ ਤੇ ਰਾਜਨੀਤੀ ਇਕੱਠੇ ਹਨ। ਇਸ ਤੋਂ ਪਹਿਲਾਂ ਵੀ ਪੰਥਕ ਹਿੱਤਾਂ ਤੇ ਲੋਕ ਹਿੱਤਾਂ ਲਈ ਇਕੱਠੇ ਧਰਨੇ ਦਿੱਤੇ ਗਏ ਨੇ ਜਿਨ੍ਹਾਂ ਵਿੱਚ ਧਾਰਮਿਕ ਆਗੂ ਸ਼ਮੂਲੀਅਤ ਕਰਦੇ ਰਹੇ ਨੇ। ਸ਼੍ਰੋਮਣੀ ਕਮੇਟੀ ਦੇ ਸਾਬਕਾ ਸਕੱਤਰ ਮਨਜੀਤ ਸਿੰਘ ਕਲਕੱਤਾ ਨੇ ਬਡੂੰਗਰ ਦੀ ਬਤੌਰ ਸ਼੍ਰੋਮਣੀ ਕਮੇਟੀ ਪ੍ਰਧਾਨ ਧਰਨੇ ਸੜਕਾਂ ਉੱਤੇ ਬੈਠਣ ਦੀ ਨਖੇਦੀ ਕਰਦਿਆਂ ਕਿਹਾ ਕਿ ਇਸ ਨਾਲ ਸਿੱਖ ਸੰਸਥਾ ਦੀ ਮਾਣ ਮਰਿਆਦਾ ਨੂੰ ਟਾ ਲੱਗੀ ਹੈ ਇਸ ਖਬਰ ਦੇ ਉੱਤੇ ਟਿੱਪਣੀ ਕਰਦਿਆਂ ਦੋਸਤੋ ਮੈਂ ਇਹ ਗੱਲ ਕਹਾਂਗਾ ਕਿ ਬੜੇ ਵਾਰ ਅਸੀਂ ਪਹਿਲਾਂ ਵੀ ਦੇਖਿਆ ਸ਼੍ਰੋਮਣੀ ਅਕਾਲੀ ਦਲ ਵੀ ਚੌਥੇ ਕਦਨ ਇਹ ਗੱਲ ਕਹਿੰਦਾ ਹੁੰਦਾ ਸੀ ਕਿ ਮੀਰੀ ਤੇ ਪੀਰੀ ਦੀ ਗੱਲ ਗੁਰੂ ਸਾਹਿਬਾਨ ਨੇ ਕਹੀ ਸੀ ਪਰ ਇਹਨਾਂ ਲੋਕਾਂ ਦੇ ਵੱਲੋਂ ਇਹ ਨਹੀਂ ਕਦੇ ਗੱਲ ਕਹੀ ਗਈ ਕਿ ਗੁਰੂ ਸਹਿਬਾਨ ਨੇ ਕਦੇ ਇਹ ਤਾਂ ਨਹੀਂ ਕਿਹਾ ਸੀਗਾ ਕਿ ਤੁਸੀਂ ਆਪਣੇ ਹੋਟਲ ਖੜੇ ਕਰ ਲਵੋ ਤੁਸੀਂ ਆਪਣੀ ਟਰਾਂਸਪੋਰਟ ਬਣਾ ਲਵੋ ਤੁਸੀਂ ਧਰਮ ਦੀ ਵਰਤੋਂ ਇਸ ਤਰੀਕੇ ਨਾਲ ਕਰੋ ਵੀ ਜਦੋਂ ਫਸੇ ਹੋਵੋ ਤਾਂ ਪੰਥ-ਪੰਥ ਕਹਿਣ ਲੱਗ ਜਾਵੋ ਤੇ ਜਦੋਂ ਚੰਗੇ ਦਿਨ ਹੋਣ ਤਾਂ ਫਿਰ ਸਾਰਾ ਕੁਝ ਭੁੱਲ ਜਾਵੋ ਅੱਜ ਕੱਲ੍ਹ ਸ਼੍ਰੋਮਣੀ ਅਕਾਲੀ ਦਲ ਨੂੰ ਪੰਥਕ ਏਜੰਡੇ ਬੜੇ ਚੇਤੇ ਆ ਰਹੇ ਨੇ ਬਡੂਂਗਰ ਸਾਹਿਬ ਨੇ ਜਿਹੜੀ ਸਫਾਈ ਦਿੱਤੀ ਆ ਉਹ ਵੈਸੇ ਉਮਰਦਰਾਜ ਨੇ ਉਹਨਾਂ ਨੂੰ ਜ਼ਿੰਦਗੀ ਦਾ ਚੋਖਾ ਤਜਰਬਾ ਏ ਉਹ ਇੱਕ ਧਾਰਮਿਕ ਸ਼ਖਸੀਅਤ ਨੇ ਪਰ ਇਸ ਦੇ ਬਾਵਜੂਦ ਉਹ ਉਹਨਾਂ ਲੋਕਾਂ ਦੇ ਰਿਣੀ ਤਾਂ ਰਹਿਣਗੇ ਹੀ ਜਿਹੜੇ ਲੋਕਾਂ ਨੇ ਉਹਨਾਂ ਨੂੰ ਮੌਜੂਦਾ ਪ੍ਰਧਾਨਗੀ ਦੇ ਉੱਤੇ ਬਿਠਾਇਆ ਜੇਕਰ ਬਡੂਂਗਰ ਸਾਹਿਬ ਨੂੰ ਪ੍ਰਧਾਨ ਨਾ ਬਣਾਇਆ ਜਾਂਦਾ ਤਾਂ ਉਹਨਾਂ ਦੇ ਮਨ ਦੇ ਵਿੱਚ ਸੌ ਤਰ੍ਹਾਂ ਦੀਆਂ ਗੱਲਾਂ ਬਾਤਾਂ ਹੁੰਦੀਆਂ ਪਰ ਜਦੋਂ ਉਹ ਵੀ ਮੀਰੀ ਤੇ ਪੀਰੀ ਦੀ ਗੱਲ ਕਹਿ ਕੇ ਆਪਣੇ ਆਪ ਨੂੰ ਸਹੀ ਸਾਬਤ ਕਰਨ ਦੀ ਕੋਸ਼ਿਸ਼ ਕਰਦੇ ਆ ਤਾਂ ਮੈਂ ਸੋਚਦਾ ਕਿ ਹਰ ਵਿਅਕਤੀ ਗੁਰੂ ਸਾਹਿਬਾਨ ਦੇ ਵੱਲੋਂ ਦਿੱਤੀਆਂ ਗਈਆਂ ਸਿੱਖਿਆਵਾਂ ਨੂੰ ਸਾਡੀ ਗੁਰਬਾਣੀ ਦੇ ਅਰਥਾਂ ਨੂੰ ਸਾਡੀ ਧਾਰਮਿਕਤਾ ਨੂੰ ਸਾਡੇ ਜਜ਼ਬਿਆਂ ਨੂੰ ਸਾਡੀ ਸ਼ਿੱਦਤ ਨੂੰ ਆਪੋ ਆਪਣੇ ਪ੍ਰਸੰਗ ਦੇ ਵਿੱਚ ਵਰਤ ਰਹੇ ਨੇ ਅਸੀਂ ਸੋਚਾਂ ਹੋਰ ਰੱਖਦੇ ਆ ਇਹ ਲੋਕ ਸੋਚਾਂ ਹੋਰ ਰੱਖਦੇ ਨੇ ਅਸੀਂ ਤਾਂ ਭਵਿੱਖ ਦੇ ਵਿੱਚ ਵੀ ਇਹੀ ਚਾਹਾਂਗੇ ਕਿ ਸ਼੍ਰੋਮਣੀ ਕਮੇਟੀ ਕਿਉਂਕਿ ਧਰਮ ਦੇ ਪ੍ਰਚਾਰ ਤੇ ਪ੍ਰਸਾਰ ਦੇ ਲਈ ਬਣਾਈ ਗਈ ਹੈ ਸ਼੍ਰੋਮਣੀ ਕਮੇਟੀ ਦਾ ਕੰਮ ਹੈ ਮਨੁੱਖਤਾ ਦੀ ਗੱਲ ਕਰਨੀ ਨਾ ਕਿ ਰਾਜਨੀਤਿਕ ਗੱਦੀਵਿਦੀਆਂ ਦੇ ਵਿੱਚ ਪੈਰ ਧਰਨਾ ਦੋਸਤੋ ਪਿਛਲੇ ਦਿਨੀ ਸਿਰਸਾ ਦੇ ਲਾਗੇ ਇੱਕ ਪਿੰਡ ਦੇ ਵਿੱਚ ਜਿਹਦਾ ਨਾਮ ਹੈ ਸੁਰੇਖਾ ਖੇੜਾ ਪਿੰਡ ਉਹਦੇ ਵਿੱਚ ਤਿੰਨ ਗੈਂਗਸਟਰਾਂ ਦਾ ਪੁਲਿਸ ਦੇ ਵੱਲੋਂ ਕਤਲ ਕੀਤਾ ਗਿਆ ਹਾਲਾਂਕਿ ਬਾਅਦ ਦੇ ਵਿੱਚ ਕਈ ਕਿਸਮ ਦੀਆਂ ਖਬਰਾਂ ਆਈਆਂ ਕਈਆਂ ਨੇ ਕਿਹਾ ਵੀ ਇਹ ਕਤਲ ਕੀਤਾ ਪੁਲਿਸ ਦੇ ਵੱਲੋਂ ਨਹੀਂ ਗਿਆ ਇਹ ਇਨਕਾਊਂਟਰ ਨਹੀਂ ਕੀਤਾ ਗਿਆ ਮੁਕਾਬਲਾ ਨਹੀਂ ਬਣਾਇਆ ਗਿਆ ਸਗੋਂ ਉਹਨਾਂ ਗੈਂਗਸਟਰਾਂ ਨੇ ਜਦੋਂ ਦੇਖਿਆ ਵੀ ਸਾਨੂੰ ਚਾਰੇ ਪਾਸੇ ਘੇਰਾ ਪੈ ਗਿਆ ਉਹਨਾਂ ਨੇ ਖੁਦਕੁਸ਼ੀ ਕਰਨ ਲਈ ਖੁਦ ਹੀ ਇਹਦੇ ਵਿੱਚ ਇੱਕ ਬੰਟੀ ਢਿੱਲੋਂ ਨਾਂ ਦਾ ਗੈਂਗਸਟਰ ਸੀ ਇੱਕ ਜੰਪੀ ਡਾਊਨ ਨਾਂ ਦਾ ਗੈਂਗਸਟਰ ਸੀ ਜਸਪ੍ਰੀਤ ਸਿੰਘ ਉਰਫ ਜੰਪੀ ਡਾਊਨ ਤੇ ਇੱਕ ਸੀ ਨਿਸ਼ਾਨ ਸਿੰਘ ਪੁਲਿਸ ਨੇ ਇਹ ਗੱਲ ਕਹੀ ਵੀ ਅਸੀਂ ਜਾ ਕੇ ਪਿੰਡ ਨੂੰ ਘੇਰਾ ਪਾ ਲਿਆ ਜਿਹੜੀ ਟਾਣੀ ਦੇ ਵਿੱਚ ਘਰ ਦੇ ਵਿੱਚ ਰਹਿੰਦੇ ਸੀ ਅਸੀਂ ਉੱਥੇ ਜਾ ਕੇ ਘੇਰਾ ਪਾਇਆ ਤੇ ਅੱਗੋਂ ਇਹਨਾਂ ਨੇ ਫਾਇਰਿੰਗ ਕੀਤੀ ਜਦੋਂ ਇਹਨਾਂ ਨੇ ਦੇਖਿਆ ਵੀ ਅਸੀਂ ਚਾਰੇ ਪਾਸਿਓਂ ਘਿਰ ਗਏ ਤਾਂ ਫਿਰ ਇਹਨਾਂ ਨੇ ਇੱਕ ਦੂਜੇ ਨੂੰ ਗੋਲੀਆਂ ਮਾਰ ਕੇ ਮੌਤ ਦੀ ਬੁੱਕਲ ਦੇ ਵਿੱਚ ਜਾਣਾ ਠੀਕ ਸਮਝਿਆ ਪਰ ਹੁਣ ਜਿਹੜੇ ਪਿੰਡ ਦੇ ਵਿੱਚ ਇਹ ਸਾਰਾ ਕੁਝ ਵਾਪਰਿਆ ਉਸ ਪਿੰਡ ਦੇ ਲੋਕ ਪੁਲਿਸ ਦੀ ਇਸ ਕਹਾਣੀ ਦੇ ਨਾਲ ਸਹਿਮਤ ਨਹੀਂ ਇਸ ਕਹਾਣੀ ਦੇ ਵਿੱਚ ਕਈ ਤਰ੍ਹਾਂ ਦੇ ਮੋੜ ਆ ਸਕਦੇ ਨੇ ਜੇਕਰ ਮੌਕਾ ਮਿਲੇ ਤਾਂ ਜੇਕਰ ਪਰਤਾਂ ਖੋਲੀਆਂ ਜਾਣ ਤਾਂ ਪਰ ਸਬੰਧਤ ਇਹਨਾਂ ਨੌਜਵਾਨਾਂ ਦੇ ਪਰਿਵਾਰਕ ਮੈਂਬਰਾਂ ਦੇ ਵੱਲੋਂ ਵੀ ਇਹ ਗੱਲ ਕਹੀ ਗਈ ਹੈ ਕਿ ਪੁਲਿਸ ਦੇ ਵੱਲੋਂ ਇਹ ਇੱਕ ਡਰਾਮਾ ਰਚਿਆ ਗਿਆ ਫਿਲਮੀ ਕਹਾਣੀ ਘੜ ਦਿੱਤੀ ਗਈ ਹੈ ਇਹੋ ਜਿਹਾ ਕੁਝ ਨਹੀਂ ਸੀ ਤੇ ਮੈਂ ਜਸਪ੍ਰੀਤ ਸਿੰਘ ਜੰਪੀ ਦੇ ਬਾਰੇ ਅੱਜ ਸਵੇਰੇ ਪੜ੍ਹ ਰਿਆ ਸੀ ਤਾਂ ਮੈਨੂੰ ਕਾਫੀ ਜਾਣਕਾਰੀਆਂ ਮਿਲੀਆਂ ਕਿ ਉਹ ਮੁੰਡਾ ਗੈਂਗਸਟਰਾਂ ਦੇ ਰਾਹ ਦੇ ਉੱਤੇ ਕਿਹੜੀ ਗੱਲ ਉਤਰੀਆ ਤੇ ਜਿਹੜੀ ਕਹਾਣੀ ਮੈਂ ਪੜੀ ਆ ਉਹਦਾ ਵੀਰਵਾ ਇਸ ਤਰੀਕੇ ਨਾਲ ਕਿ ਪਿੰਡ ਸਰੇਖਾ ਖੇੜਾ ਹਰਿਆਣਾ ਦੇ ਵਿੱਚ ਫੌਤ ਹੋਏ ਗੈਂਗਸਟਰ ਜਸਪ੍ਰੀਤ ਸਿੰਘ ਉਰਫ ਜੰਪੀ ਡਾਉਨ ਦਾ ਉਸਦੇ ਪਿੰਡ ਰੋੜੀ ਕਪੂਰਾ ਵਿੱਚ ਤੇ ਕਮਲਜੀਤ ਸਿੰਘ ਬੰਟੀ ਢਿੱਲੋਂ ਦਾ ਜੈਤੋ ਵਿੱਚ ਸਸਕਾਰ ਕਰ ਦਿੱਤਾ ਗਿਆ ਜਸਪ੍ਰੀਤ ਸਿੰਘ ਜਦੋਂ ਛੋਟਾ ਸੀ ਤਾਂ ਉਸਦੇ ਮਾਤਾ ਪਿਤਾ ਦੀ ਮੌਤ ਹੋ ਗਈ ਸੀ ਉਹ ਆਪਣੇ ਮਾਪਿਆਂ ਦਾ ਇਕਲੌਤਾ ਪੁੱਤ ਸੀ ਪਿੰਡ ਰੋੜੀ ਕਪੂਰਾ ਦੇ ਸਾਬਕਾ ਸਰਪੰਚ ਗੁਰਮੀਤ ਸਿੰਘ ਜਸਪ੍ਰੀਤ ਦੇ ਬਚਪਨ ਦਾ ਦੋਸਤ ਸੁਖਵਿੰਦਰ ਸਿੰਘ ਤੇ ਉਸਦੇ ਤਾਏ ਸੁਖਚੈਨ ਸਿੰਘ ਨੇ ਦੱਸਿਆ ਕਿ ਜਸਪ੍ਰੀਤ ਪੜ੍ਹਾਈ ਵਿੱਚ ਹੁਸ਼ਿਆਰ ਸੀ ਪਰ ਕੁਝ ਅਸਰ ਰਸੂਖ ਰੱਖਣ ਵਾਲੇ ਬੰਦਿਆਂ ਨੇ ਉਸ ਦੀ 4 ਕਿੱਲੇ ਜ਼ਮੀਨ ਉੱਤੇ ਨਜਾਇਜ਼ ਕਬਜ਼ਾ ਕਰ ਲਿਆ ਸੀ ਜਸਪ੍ਰੀਤ ਨੇ ਆਪਣੀ ਜ਼ਮੀਨ ਵਾਪਸ ਲੈਣ ਲਈ ਪੁਲਿਸ ਦੇ ਪ੍ਰਸ਼ਾਸਨ ਕੋਲ ਪਹੁੰਚ ਕੀਤੀ ਪਰ ਕਿਸੇ ਨੇ ਉਸ ਦੀ ਮਦਦ ਨਾ ਕੀਤੀ ਇਸ ਤੋਂ ਬਾਅਦ ਉਹ ਗੈਂਗਸਟਰ ਰਣਜੀਤ ਸੇਵੇਵਾਲਾ ਦੇ ਸੰਪਰਕ ਵਿੱਚ ਆ ਗਿਆ ਤੇ ਉਸ ਦੀ ਆਮ ਜ਼ਿੰਦਗੀ ਖਤਮ ਹੋ ਗਈ ਪਿੰਡ ਦੇ ਲੋਕਾਂ ਨੇ ਕਿਹਾ ਕਿ ਜੇਤੋ ਥਾਣੇ ਦੇ ਇੱਕ ਇਨਸਪੈਕਟਰ ਨੇ ਜਸਪ੍ਰੀਤ ਸਿੰਘ ਨੂੰ ਬਿਨਾਂ ਗੱਲੋਂ ਲੋਕਾਂ ਦੇ ਸਾਹਮਣੇ ਕੁੱਟਿਆ ਸੀ ਤੇ ਉਸ ਦੇ ਖਿਲਾਫ ਝੂਠਾ ਕੇਸ ਵੀ ਦਰਜ ਕੀਤਾ ਗਿਆ ਸੀ ਜਿਸ ਤੋਂ ਤੰਗ ਆ ਕੇ ਉਹ ਅਪਰਾਧ ਦੀ ਦੁਨੀਆ ਦੇ ਵਿੱਚ ਚਲਾ ਗਿਆ ਸੀ ਇਸ ਖਬਰ ਦੇ ਉੱਤੇ ਟਿੱਪਣੀ ਕਰਦੇ ਹਾਂ ਦੋਸਤੋ ਪਹਿਲੀ ਗੱਲ ਤਾਂ ਅਸੀਂ ਇਹ ਕਹਾਂਗੇ ਕਿ ਗੈਂਗਸਟਰ ਬਣਨਾ ਕੋਈ ਚੰਗੀ ਗੱਲ ਨਹੀਂ ਬੇਸ਼ੱਕ ਤੁਸੀਂ ਜਿੰਨੇ ਵੀ ਮਾੜੇ ਜਾਂ ਤਿੱਖੇ ਹਾਲਾਤ ਦੇ ਵਿੱਚੋਂ ਲੰਘੋ ਇਹਦਾ ਮਤਲਬ ਇਹ ਨਹੀਂ ਕਿ ਤੁਸੀਂ ਜ਼ਿੰਦਗੀ ਦੀ ਮੁੱਖ ਧਾਰਾ ਨਾਲੋਂ ਟੁੱਟ ਕੇ ਗੈਂਗਸਟਰ ਬਣਨ ਦੇ ਰਾਹ ਦੇ ਉੱਤੇ ਤੁਰ ਪਵੋ ਤੁਸੀਂ ਅਪਰਾਧ ਦੀ ਦੁਨੀਆ ਦੇ ਵਿੱਚ ਸ਼ਾਮਲ ਹੋ ਜਾਵੋ ਪਰ ਜਿਹੜੀ ਜਸਪ੍ਰੀਤ ਸਿੰਘ ਉਰਫ ਜੰਪੀ ਡਾਉਨ ਦੇ ਬਾਰੇ ਰਿਪੋਰਟ ਅਸੀਂ ਇਹ ਸਾਹਮਣੇ ਲਿਆਂਦੀ ਤੁਹਾਡੇ ਇਹਨੂੰ ਸਾਹਮਣੇ ਲਿਆਉਣ ਦਾ ਮਕਸਦ ਇਹ ਹੈ ਕਿ ਹਾਲਾਤ ਬੰਦੇ ਨੂੰ ਕਿਵੇਂ ਵਿਗਾੜ ਦਿੰਦੇ ਨੇ ਹਾਲਾਤ ਬੰਦੇ ਨੂੰ ਕਿਹੜੇ ਤੋਂ ਕਿਹੜੇ ਪਾਸੇ ਦਾ ਮੋੜ ਘਟਾ ਦਿੰਦੇ ਨੇ ਜਿਸ ਤਰੀਕੇ ਦੇ ਨਾਲ ਇਨ੍ਹਾਂ ਗੈਂਗਸਟਰਾਂ ਦੀ ਮੌਤ ਹੋਈ ਭਾਵੇਂ ਇਹਨਾਂ ਨੇ ਖੁਦਕੁਸ਼ੀ ਕੀਤੀ ਭਾਵੇਂ ਇਹਨਾਂ ਦਾ ਮੁਕਾਬਲਾ ਬਣਿਆ ਮੈਂ ਇਹਨਾਂ ਦੇ ਮਾਪਿਆਂ ਦੇ ਨਾਲ ਹਮਦਰਦੀ ਜ਼ਰੂਰ ਰੱਖਦਾ ਕਿਉਂਕਿ ਕੋਈ ਵੀ ਮਾਂ ਕੋਈ ਵੀ ਬਾਪ ਕੋਈ ਵੀ ਭੈਣ ਇਹ ਨਹੀਂ ਚਾਹੁੰਦੀ ਹੁੰਦੀ ਕਿ ਸਾਡਾ ਪੁੱਤ ਸਾਡਾ ਭਰਾ ਸਾਡਾ ਪਰਿਵਾਰ ਦਾ ਕੋਈ ਹੋਰ ਮੈਂਬਰ ਇਸ ਰਾਹ ਦੇ ਉੱਤੇ ਤੁਰੇ ਜਿੱਥੇ ਮੌਤ ਉਹਦਾ ਸਵਾਗਤ ਕਰੇ ਅਸੀਂ ਚਾਹੁੰਦੇ ਹਾਂ ਕਿ ਪੰਜਾਬ ਦੇ ਵਿੱਚੋਂ ਗੈਂਗਸਟਰਾਂ ਦਾ ਤਾਂ ਚਲੋ ਖਾਤਮਾ ਹੋਵੇ ਜਾਂ ਗੈਂਗਸਟਰਾਂ ਨੂੰ ਕਾਬੂ ਕੀਤਾ ਜਾਵੇ ਪਰ ਉਹ ਕਾਰਨ ਹੀ ਨਾ ਪੈਦਾ ਹੋਣ ਦਿੱਤੇ ਜਾਣ ਜਿਹਦੇ ਕਰਕੇ ਨੌਜਵਾਨ ਜ਼ਿੰਦਗੀ ਦੀ ਲੀਹ ਤੋਂ ਉੱਤਰ ਜਾਂਦੇ ਨੇ ਸੋ ਇਸ ਕਰਕੇ ਗੈਂਗਸਟਰ ਕਿਹੜੇ ਕਾਰਨਾ ਕਰਕੇ ਬਣਦੇ ਨੇ ਉਹਨਾਂ ਕਾਰਨਾ ਨੂੰ ਵੀ ਲੱਭਣਾ ਜ਼ਰੂਰੀ ਹੈ ਤੇ ਪੁਲਿਸ ਵਾਲਿਆਂ ਤੇ ਰਾਜਨੀਤਿਕ ਲੋਕਾਂ ਦੇ ਥਾਪੜੇ ਕਰਕੇ ਜਿਹੜੇ ਗੈਂਗਸਟਰ ਅੱਜ ਵੀ ਦਨ ਦਨਾਉਂਦੇ ਨੇ ਇਹਨਾਂ ਦੇ ਗੱਠ ਜੋੜ ਨੂੰ ਵੀ ਤੋੜਨ ਦੀ ਇਸ ਵਕਤ ਜ਼ਰੂਰਤ ਹੈ ਬਹੁਤ ਵੱਡੇ ਪੱਧਰ ਤੇ ਖਬਰਾਂ ਦੇ ਉੱਤੇ ਵਿਚਾਰ ਚਰਚਾ ਅਸੀਂ ਇਸੇ ਤਰੀਕੇ ਨਾਲ ਜਾਰੀ ਰੱਖਾਂਗੇ ਪਰ ਪਹਿਲਾਂ ਲੈਨੇ ਇੱਕ ਛੋਟੀ ਜਿਹੀ ਬ੍ਰੇਕ ਬਹੁਤ ਵਿਸ਼ਾਲ ਹੈ ਖਬਰਾਂ ਦਾ ਇਹ ਸੰਸਾਰ ਕਦੇ ਸੱਚ ਦੀ ਖਬਰ ਤੇ ਕਦੇ ਕੱਚ ਦੀ ਖਬਰ ਕਦੇ ਦੁੱਖ ਦੀ ਖਬਰ ਤੇ ਕਦੇ ਖੁਸ਼ ਦੀ ਖਬਰ ਪਰ ਹਰ ਖਬਰ ਦੇ ਪਿੱਛੇ ਲੁਕੀ ਹੁੰਦੀ ਹੈ ਇੱਕ ਖਬਰ ਜਿਸ ਦੀ ਗੱਲ ਕਰਦੇ ਹਾਂ ਅਸੀਂ ਪ੍ਰੋਗਰਾਮ ਖਬਰ ਦੀ ਖਬਰ ਦੇ ਵਿੱਚ ਪ੍ਰਾਈਮ ਏਸ਼ੀਆ ਟੀਵੀ ਤੇ ਸੋਮਵਾਰ ਤੋਂ ਲੈ ਕੇ ਸ਼ੁੱਕਰਵਾਰ ਤੱਕ ਹਰ ਰੋਜ਼ ਟੋਰਾਂਟੋ ਟਾਈਮਿੰਗ 8:30 ਮਿੰਟ ਸ਼ਾਮੀ ਤੇ ਇਸੇ ਟਾਈਮ ਵੈਨਕੂ ਇੱਕ ਵਾਰ ਫਿਰ ਤੁਹਾਡਾ ਸਵਾਗਤ ਹੈ ਕੁਝ ਹੋਰ ਖਬਰਾਂ ਦੇ ਉੱਤੇ ਟਿੱਪਣੀਆਂ ਕਰਦੇ ਆਂ ਮੈਂ ਕਦੇ ਵੀ ਪੰਜਾਬ ਦੀਆਂ ਜੇਲਾਂ ਦੇ ਵਿੱਚੋਂ ਚੰਗੀ ਖਬਰ ਆਉਂਦੀ ਨਹੀਂ ਦੇਖੀ ਕਦੇ ਪੜ੍ਹੀ ਨਹੀਂ ਜੇਕਰ ਕਦੇ ਕੋਈ ਮਾੜੀ-ਮੋਟੀ ਆਉਂਦੀ ਹੈ ਤਾਂ ਉਹਦੀ ਚਰਚਾ ਨਹੀਂ ਹੁੰਦੀ ਬਹੁਤੀਆਂ ਖਬਰਾਂ ਕਿਉਂਕਿ ਇਹੋ ਜਿਹੀਆਂ ਹੁੰਦੀਆਂ ਨੇ ਕਿ ਫਲਾਣੀ ਜੇਲ੍ਹ ਦੇ ਵਿੱਚੋਂ ਨਸ਼ੇ ਫੜੇ ਨੇ ਫਲਾਣੀ ਜੇਲ੍ਹ ਦੇ ਕੈਦੀ ਮੋਬਾਈਲ ਦੀ ਵਰਤੋਂ ਕਰਦੇ ਨੇ ਫਲਾਣੀ ਜੇਲ੍ਹ ਦੇ ਵਿੱਚ ਕੈਦੀਆਂ ਦੇ ਦੋ ਗਰੁੱਪ ਆਪਸ ਦੇ ਵਿੱਚ ਪੜਪਏ ਨੇ ਫਲਾਣੀ ਜੇਲ੍ਹ ਦੇ ਵਿੱਚ ਗੈਂਗਸਟਰ ਅੰਦਰ ਬੈਠੇ ਹੀ ਸਾਰਾ ਕੁਝ ਕਰੀ ਜਾਂਦੇ ਨੇ ਬਾਹਰ ਵੀ ਉਹਨਾਂ ਦੇ ਕੰਮ ਕਾਜ ਚੱਲੀ ਜਾਂਦੇ ਨੇ ਤਾਂ ਮੈਂ ਇਹ ਸੋਚਣਾ ਕਿ ਪੰਜਾਬ ਦੀਆਂ ਜੇਲਾਂ ਦੇ ਵਿੱਚ ਜੇਕਰ ਇਹ ਹਾਲ ਹੈ ਤਾਂ ਫਿਰ ਆਮ ਸੜਕਾਂ ਦੇ ਉੱਤੇ ਬਾਜ਼ਾਰਾਂ ਦੇ ਵਿੱਚ ਆਮ ਲੋਕਾਂ ਦੇ ਵਿੱਚ ਕੀ ਕੀ ਕੁਝ ਹੁੰਦਾ ਹੋਏਗਾ ਜੇਕਰ ਜੇਲਾਂ ਜਿਨ੍ਹਾਂ ਨੂੰ ਅਸੀਂ ਸੁਧਾਰ ਕਰ ਕਹਿੰਦੇ ਆ ਉਹਨਾਂ ਦੇ ਵਿੱਚ ਕੋਈ ਸੁਧਾਰ ਨਹੀਂ ਤਾਂ ਫਿਰ ਆਮ ਥਾਵਾਂ ਦੇ ਉੱਤੇ ਕੀ ਹੁੰਦਾ ਹੋਏਗਾ ਪਰ ਹੁਣ ਦੀ ਜਿਹੜੀ ਖਬਰ ਆਈ ਹੈ ਉਹ ਇਹ ਕਹਿੰਦੀ ਹੈ ਕਿ ਜੇਲਾਂ ਦੇ ਵਿੱਚ ਸਪੀਕਰ ਲੱਗ ਰਹੇ ਨੇ ਸਵੇਰ ਦੇ ਵੇਲੇ ਗੁਰਬਾਣੀ ਦੀਆਂ ਮਦਰ ਤੁਨਾ ਨੇ ਜਿਹੜੀਆਂ ਉਹ ਸਪੀਕਰ ਦੇ ਰਾਹੀਂ ਕੈਦੀਆਂ ਦੇ ਕੰਨਾਂ ਦੇ ਵਿੱਚ ਪਹਿਣ ਗਈਆਂ ਕੈਦੀ ਵੇਲੇ ਸਿਰ ਸ਼ਾਇਦ ਉੱਠਿਆ ਕਰਨਗੇ ਤੇ ਉਹ ਚੰਗੀ ਜ਼ਿੰਦਗੀ ਦੇ ਵੱਲ ਮੋੜ ਕੱਟਣਗੇ ਇਹ ਸਾਰਾ ਕੁਝ ਖਬਰ ਦੇ ਮੁਤਾਬਕ ਹੀ ਹੋ ਜਾਵੇ ਅਸੀਂ ਇਹਦੀ ਕਾਮਨਾ ਕਰਦੇ ਹਾਂ ਪਰ ਮੇਰਾ ਖਿਆਲ ਆ ਵੀ ਜਿਹੜੇ ਕੱਟੇ ਨੂੰ ਰੱਸਾ ਚੱਪਣ ਦੀ ਆਦਤ ਪੈ ਜਾਵੇ ਉਹ ਆਦਤ ਛੇਤੀ ਕਿਤੇ ਛੁੱਟਦੀ ਨਹੀਂ ਭਾਵੇਂ ਤੁਸੀਂ ਕੀਲੇ ਦੇ ਉੱਤੇ ਰਸੇ ਦੇ ਉੱਤੇ ਕੋਈ ਵੀ ਚੀਜ਼ ਕਿਉਂ ਨਾ ਲਾ ਦਿਓ ਉਹ ਆਦਤ ਛੇਤੀ ਕਿਤੇ ਜਾਣੀ ਸੰਭਵ ਨਹੀਂ ਹੁੰਦੀ ਤੇ ਇਸ ਰਿਪੋਰਟ ਦਾ ਵੇਰਵਾ ਇਸ ਤਰੀਕੇ ਨਾਲ ਆ ਕਿ ਗੁਰਦਾਸਪੁਰ ਜੇਲ੍ਹ ਦੇ ਵਿੱਚ ਹੁਣ ਕੈਦੀ ਸ਼ਬਦ ਕੀਰਤਨ ਦੀ ਮਦਰ ਆਵਾਜ਼ ਦੇ ਨਾਲ ਉੱਠਿਆ ਕਰਨਗੇ ਗੁਰਦਾਸਪੁਰ ਜੇਲ੍ਹ ਪ੍ਰਸ਼ਾਸਨ ਨੇ ਕੈਦੀਆਂ ਦੀਆਂ ਬੈਰਕਾਂ ਕੋਲ 11 ਵੱਡੇ ਲਾਊਡ ਸਪੀਕਰ ਲਗਾ ਦਿੱਤੇ ਨੇ ਜਿਨ੍ਹਾਂ ਵਿੱਚ ਸਵੇਰੇ ਸ਼ਾਮ ਭਗਵਾਨ ਦਾ ਨਾਮ ਅਪਰਾਧਿਕ ਅਫਸ ਦੇ ਲੋਕਾਂ ਦੇ ਕੰਨਾਂ ਵਿੱਚ ਗੂੰਜੇਗਾ ਇਹ ਪਹਿਲ ਕਦਮੀ ਜੇਲ੍ਹ ਪ੍ਰਸ਼ਾਸਨ ਨੇ ਇਸ ਕਰਕੇ ਕੀਤੀ ਹੈ ਕਿਉਂਕਿ ਭਗਵਾਨ ਦਾ ਨਾਮ ਕੈਦੀਆਂ ਦੇ ਕੰਨਾਂ ਵਿੱਚ ਜਾਣ ਨਾਲ ਸ਼ਾਇਦ ਨਾਸਤਿਕ ਕੈਦੀ ਵੀ ਆਸਤਿਕ ਬਣਨ ਦੀ ਸੋਚ ਲੈ ਜਦੋਂ ਅਖਬਾਰਾਂ ਦੀ ਟੀਮ ਦੇ ਵੱਲੋਂ ਕੇਂਦਰੀ ਜੇਲ੍ਹ ਗੁਰਦਾਸਪੁਰ ਦੇ ਵਿੱਚ ਦੌਰਾ ਕੀਤਾ ਗਿਆ ਤਾਂ ਜੇਲ੍ਹ ਦੀਆਂ ਬੈਰਕਾਂ ਕੋਲ ਪ੍ਰਸ਼ਾਸਨ ਵੱਲੋਂ ਵੱਡੇ-ਵੱਡੇ ਲਾਊਡ ਸਪੀਕਰ ਲਾਏ ਜਾ ਰਹੇ ਸਨ ਜਿਨ੍ਹਾਂ ਵਿੱਚ ਧਾਰਮਿਕ ਭਜਨ ਵਜਾਏ ਜਾਣਗੇ। ਇਹ ਹੀ ਨਹੀਂ ਸਿਸਟਮ ਦੇ ਵਿੱਚ ਕੇਵਲ ਭਜਨ ਹੀ ਚੱਲਣਗੇ ਜੋ ਕੈਦੀਆਂ ਦੀ ਇੱਛਾ ਪੰਜਾਬੀ ਤੇ ਹਿੰਦੀ ਗਾਣੇ ਸੁਣਨ ਦੀ ਹੋਵੇਗੀ ਉਹਨਾਂ ਦੀ ਵੀ ਇਹ ਇੱਛਾ ਪ੍ਰਸ਼ਾਸਨ ਪੂਰੀ ਕਰ ਸਕੇਗਾ। ਜੇਲ੍ਹ ਦੇ ਵਿੱਚ LED ਵੀ ਲਾਈ ਗਈ ਹੈ। ਪ੍ਰਸ਼ਾਸਨ ਨੇ ਕੈਦੀਆਂ ਦੇ ਮਨੋਰੰਜਨ ਵਾਸਤੇ ਬੈਰਕ ਦੇ ਵਿੱਚ 42 ਇੰਚ ਦੀ LCD ਲਗਾਈ ਹੈ ਤਾਂ ਕਿ ਕੈਦੀ ਪੰਜਾਬੀ ਤੇ ਹਿੰਦੀ ਫਿਲਮਾਂ ਦੇ ਨਾਲ ਨਾਲ ਖਬਰਾਂ ਦਾ ਆਨੰਦ ਵੀ ਮਾਣ ਸਕਣ। ਇਸ ਖਬਰ ਦੇ ਉੱਤੇ ਟਿੱਪਣੀ ਕਰਦੇ ਆਂ ਦੋਸਤੋ ਅਸੀਂ ਇਹ ਗੱਲ ਕਹਾਂਗੇ ਜਦੋਂ ਕਦੇ ਇਹੋ ਜੀ ਖਬਰ ਆਉਂਦੀ ਹੈ ਤਾਂ ਮੈਨੂੰ ਥੋੜੇ ਜਿਹੀ ਸੰਤੁਸ਼ਟੀ ਜ਼ਰੂਰ ਹੁੰਦੀ ਹੈ ਪਰ ਮੈਂ ਕਦੇ ਇਹ ਨਹੀਂ ਗੱਲ ਕਹਿੰਦਾ ਕਿ ਇਹ ਸਥਾਈ ਤੌਰ ਦੇ ਉੱਤੇ ਤਸੱਲੀ ਹੈ ਜਾਂ ਖੁਸ਼ੀ ਹੈ ਪੰਜਾਬ ਦੀਆਂ ਜੇਲਾਂ ਦੇ ਵਿੱਚ ਲੋੜ ਤੋਂ ਵੱਧ ਕੈਦੀ ਬੈਠੇ ਨੇ ਮੰਨ ਲਓ ਇੱਕ ਜੇਲ੍ਹ ਦੇ ਵਿੱਚ 2500 ਕੈਦੀ ਸਮਾਸਕ ਦਾ ਹੋਵੇ रह ਸਕਦੇ ਹੋਣ ਤਾਂ ਉਹਨਾਂ ਦੇ ਵਿੱਚ 3500 ਕੈਦੀ ਨੇ ਸੋ ਅਸੀਂ ਇਹ ਨਹੀਂ ਗੱਲ ਕਹਿ ਸਕਦੇ ਕਿ ਸੁਧਾਰ ਕਰਾਣ ਦੇ ਵਿੱਚੋਂ ਬਾਹਰ ਆਉਂਦਾ ਬੰਦਾ ਸੱਚੀ ਮੁੱਚੀ ਸੁਧਰ ਕੇ ਬਾਹਰ ਆਵੇਗਾ ਮੈਂ ਅੱਜ ਤੱਕ ਬਹੁਤ ਘੱਟ ਲੋਕ ਇਹੋ ਜਿਹੇ ਦੇਖੇ ਨੇ ਜਿਹੜੇ 2 ਮਹੀਨੇ 4 ਮਹੀਨੇ 6 ਮਹੀਨੇ ਸਾਲ ਲਾ ਕੇ ਜੇਲ੍ਹ ਦੇ ਵਿੱਚੋਂ ਬਾਹਰ ਆਉਣ ਤਾਂ ਉਹ ਬੰਦੇ ਬਣ ਕੇ ਬਾਹਰ ਆਏ ਹੋਣ ਜੇਲ੍ਹ ਦੇ ਅੰਦਰ ਬਣ ਬਣ ਦੀ ਲੱਕੜੀ ਆ ਕੋਈ ਕਿਸੇ ਜੁਰਮ ਦੇ ਵਿੱਚ ਆਇਆ ਕੋਈ ਕਿਸੇ ਅਪਰਾਧ ਦੇ ਵਿੱਚ ਆਇਆ ਤੇ ਉਹਨਾਂ ਸਾਰਿਆਂ ਦੇ ਸੰਪਰਕ ਦੇ ਵਿੱਚ ਬੰਦਾ ਚੰਗਾ ਬਣਨ ਦੀ ਸੰਭਾਵਨਾ ਘੱਟ ਹੀ ਰਹਿੰਦੀ ਆ ਪਰ ਜਿਹੜੀ ਖਬਰ ਗੁਰਦਾਸਪੁਰ ਦੀ ਜੇਲ੍ਹ ਤੋਂ ਆਈ ਆ ਅਸੀਂ ਇੱਥੋਂ ਦੇ ਪ੍ਰਸ਼ਾਸਨ ਦੇ ਧੰਨਵਾਦੀ ਆ ਵੀ ਭਾਵੇਂ ਇਹਦਾ ਰਿਜ਼ਲਟ ਕੁਝ ਵੀ ਨਿਕਲੇ ਕੁਝ ਨਾ ਕੁਝ ਇਹਨਾਂ ਨੇ ਕੀਤਾ ਤਾਂ ਹੈ ਪਰ ਅੱਜ ਦੀ ਇੱਕ ਖਬਰ ਹੋਰ ਵੀ ਹੈ ਕਿ ਫਿਰੋਜ਼ਪੁਰ ਦੀ ਜੇਲ੍ਹ ਦੇ ਵਿੱਚ ਇੱਕ ਸਿਪਾਹੀ ਹੈ ਜਿਹੜਾ ਉਹਦੇ ਵੱਲੋਂ ਕੈਦੀਆਂ ਨੂੰ ਬੀੜੀਆਂ ਤੇ ਜਰਦੇ ਦੀਆਂ ਪੁੜੀਆਂ ਪਹੁੰਚਾਈਆਂ ਜਾਂਦੀਆਂ ਸਨ ਉਹਦੇ ਉੱਤੇ ਪਰਚਾ ਦਰਜ ਕਰ ਲਿਆ ਗਿਆ ਫਿਰੋਜ਼ਪੁਰ ਦੀ ਜੇਲ੍ਹ ਦੇ ਵਿੱਚ ਇੱਕ ਵਾਰਡਨ ਪਿਛਲੇ ਦਿਨੀ ਉਹਨੂੰ ਕਾਬੂ ਕਰਕੇ ਹੈਰੋਇਨ ਜਿਹੜੀ ਉਹਦਾ ਪਰਚਾ ਦਰਜ ਕੀਤਾ ਗਿਆ ਸੋ ਪੰਜਾਬ ਦੀਆਂ ਜੇਲਾਂ ਦੇ ਵਿੱਚ ਜਿਹੜੇ ਕੈਦੀ ਨੇ ਉਹਨਾਂ ਨੂੰ ਨਸ਼ੇ ਪਹੁੰਚਾਉਣ ਦੇ ਵਿੱਚ ਸਬੰਧਤ ਜੇਲ੍ਹ ਦੇ ਅਧਿਕਾਰੀਆਂ ਤੇ ਕਰਮਚਾਰੀਆਂ ਦੀ ਬੜੀ ਵੱਡੀ ਭੂਮਿਕਾ ਹੁੰਦੀ ਹੈ ਮਨ ਲਓ ਤੁਹਾਡੇ ਪਰਿਵਾਰ ਦਾ ਕੋਈ ਮੈਂਬਰ ਕਿਸੇ ਛੋਟੇ ਮੋਟੇ ਜੁਰਮ ਦੇ ਵਿੱਚ ਵੀ ਜੇਲ੍ਹ 'ਚ ਚਲਾ ਗਿਆ ਤਾਂ ਕੇਲਿਆਂ ਦੀ ਇੱਕ ਦਰਜਨ ਅੰਦਰ ਨਹੀਂ ਜਾਣ ਦਿੰਦੇ ਪਰ ਜੇਕਰ ਤੁਸੀਂ ਸਰਦੇ ਪੁੱਜਦੇ ਲੋਕ ਹੋ ਤਾਂ ਤੁਹਾਨੂੰ ਜੇਲ੍ਹ ਦੇ ਵਿੱਚ ਉਹ ਸਾਰੀਆਂ ਸਹੂਲਤਾਂ ਮਿਲਦੀਆਂ ਨੇ ਜਿਹੜੀਆਂ ਸਹੂਲਤਾਂ ਬਾਹਰ ਘਰ ਦੇ ਵਿੱਚ ਮਿਲਦੀਆਂ ਨੇ 5 ਸਟਾਰ ਹੋਟਲਾਂ ਦੇ ਵਿੱਚ ਮਿਲਦੀਆਂ ਨੇ ਸੋ ਕਾਨੂੰਨ ਆ ਜਿਹੜਾ ਉਹ ਦੋ ਤਰੀਕਿਆਂ ਨਾਲ ਕੰਮ ਕਰਦਾ ਹੈ ਗਰੀਬ ਦੇ ਲਈ ਕੋਈ ਹੋਰ ਤਰੀਕਾ ਹੁੰਦਾ ਅਮੀਰ ਦੇ ਲਈ ਕੋਈ ਹੋਰ ਤਰੀਕਾ ਹੁੰਦਾ ਕਾਨੂੰਨ ਦੇ ਵਿੱਚ ਬਹੁਤ ਸਾਰੀਆਂ ਚੋਰ ਮੋਰੀਆਂ ਇਹੋ ਜੀਆਂ ਨੇ ਜਿਹੜੀਆਂ ਚੋਰ ਮੋਰੀਆਂ ਦੇ ਸਹਾਰੇ ਜਿਹੜੇ ਤੜਵੈਲ ਲੋਕ ਨੇ ਜਾਂ ਸਰਦੇ ਪੁੱਜ ਦੇ ਲੋਕ ਨੇ ਉਹ ਆਪੋ ਆਪਣਾ ਮਸਲਾ ਹੱਲ ਕਰੀ ਜਾਂਦੇ ਨੇ ਜੇਲਾਂ ਨੂੰ ਸੱਚੀ ਮੁੱਚੀ ਸੁਧਾਰ ਕਰ ਬਣਾਇਆ ਜਾਵੇ ਤਾਂ ਇਹ ਚੰਗੀ ਗੱਲ ਹੋਏਗੀ ਜਦੋਂ ਪਿਛਲੀ ਸਰਕਾਰ ਨੇ ਜੇਲ੍ਹ ਮੰਤਰੀ ਸਾਹਿਬ ਇਹ ਗੱਲ ਕਹਿੰਦੇ ਹੁੰਦੇ ਸਨ ਕਿ ਪੰਜਾਬ ਲਗਾਤਾਰ ਤਰੱਕੀ ਕਰ ਰਿਹਾ ਅਸੀਂ ਪੰਜਾਬ ਦੇ ਵਿੱਚ ਲਗਾਤਾਰ ਜੇਲ੍ਹਾਂ ਨਵੀਆਂ ਬਣਾ ਰਹੇ ਹਾਂ ਤਾਂ ਮੇਰੇ ਮਨ ਦੇ ਵਿੱਚ ਇੱਕ ਸਵਾਲ ਉੱਠਦਾ ਹੁੰਦਾ ਸੀ ਕਿ ਨਵੀਆਂ ਜੇਲ੍ਹਾਂ ਬਣਾਉਣ ਦੇ ਨਾਲ ਸੂਬੇ ਦੀ ਤਰੱਕੀ ਦਾ ਕੀ ਸੰਬੰਧ ਹੈ ਜੇ ਅਸੀਂ ਇਹ ਗੱਲ ਕਹਿ ਗਏ ਕਿ ਨਵੇਂ ਸਕੂਲ ਬਣਾ ਰਹੇ ਹਾਂ ਨਵੇਂ ਕਾਲਜ ਬਣਾ ਰਹੇ ਆ ਨਵੇਂਗਾ ਲਾਇਬ੍ਰੇਰੀਆਂ ਬਣਾ ਰਹੇ ਆ ਫਿਰ ਤੁਸੀਂ ਮੰਨਾਂਗੇ ਕਿ ਸੂਬੇ ਦੀ ਤਰੱਕੀ ਹੁੰਦੀ ਹੈ ਪਰ ਜੇਲ੍ਹਾਂ ਦਾ ਵੱਡਣਾ ਤਾਂ ਮਤਲਬ ਇਹ ਹੈ ਕਿ ਸੂਬੇ ਦੇ ਵਿੱਚ ਪੰਜਾਬ ਦੇ ਵਿੱਚ ਅਪਰਾਧਿਕ ਲੋਕਾਂ ਦੀ ਗਿਣਤੀ ਵੱਧ ਰਹੀ ਹੈ ਸੋ ਇਸ ਵਕਤ ਦੋਸਤੋ ਜ਼ਰੂਰਤ ਇਸੇ ਗੱਲ ਦੀ ਹੈ ਕਿ ਪੰਜਾਬ ਦੇ ਵਿੱਚੋਂ ਜੁਰਮ ਖਤਮ ਕੀਤਾ ਜਾਵੇ ਅਪਰਾਧ ਖਤਮ ਕੀਤੇ ਜਾਣ ਪੁਲਿਸ ਨਿਰਪੱਖ ਤਰੀਕੇ ਨਾਲ ਕੰਮ ਕਰੇ ਪੁਲਿਸ ਦੀਆਂ ਕਾਰਕਰਦਗੀਆਂ ਦੇ ਉੱਤੇ 100 ਤਰ੍ਹਾਂ ਦੇ ਸਵਾਲ ਸਮੇਂ-ਸਮੇਂ ਤੇ ਉੱਠਦੇ ਰਹੇ ਨੇ ਸਾਡੇ ਮੰਤਰੀਆਂ ਕੋਲ ਸਾਡੇ ਸੰਤਰੀਆਂ ਦੇ ਕੋਲ ਇਹ ਸਵਾਲ ਜਾਂਦੇ ਨੇ ਪਰ ਇਨਾ ਮਸਲਿਆਂ ਦਾ ਹੱਲ ਕਰੇ ਸਹੀ ਤਰੀਕੇ ਨਾਲ ਨਹੀਂ ਹੋਇਆ ਜਿਹਦਾ ਹਮੇਸ਼ਾ ਦੁੱਖ ਰਹਿੰਦਾ ਵੀ ਹੈ ਤੇ ਰਹੇਗਾ ਵੀ ਖਬਰਾਂ ਕੁਝ ਹੋਰ ਵੀ ਸੁਣ ਪਰ ਵਕਤ ਦੀ ਘਾਟ ਰੁਕਣ ਦਾ ਇਸ਼ਾਰਾ ਕਰ ਰਹੀ ਹੈ ਕੱਲ ਨੂੰ ਇਸੇ ਵੇਲੇ ਪ੍ਰੋਗਰਾਮ ਖਬਰ ਦੀ ਖਬਰ ਲੈ ਕੇ ਫਿਰ ਹਾਜ਼ਰ ਹੋਵਾਂਗੇ ਉਦੋਂ ਤੱਕ ਲਈ ਆਗਿਆ ਦਿਓ ਤੁਹਾਡੀ ਬਹੁਤ ਬਹੁਤ ਮਿਹਰਬਾਨੀ